ਵੀ ਤੁਹਾਡਾ ਵਿਆਹ ਕਿੰਨੀ ਉਮਰ ਚ ਹੋਇਆ ਸੀ? ਸਾਡਾ ਵਿਆਹ ਤਾਂ ਯਾਰ ਤੈਨੂੰ ਮੈਂ ਨੀ ਦੱਸ ਸਕਦਾ। ਦੱਸੋ। ਮੇਰੇ ਤਿੰਨ ਹੋਏ ਨੇ। ਅੱਛਾ, ਕਿਆ ਬਾਤ ਆ। ਅੱਗੇ ਬੁੜੇ ਠੇਰਿਆਂ ਨੂੰ ਐਂ ਹੁੰਦਾ ਵੀ ਸਾਨੂੰ ਰੋਟੀ ਕਰਨੀ ਔਖੇ ਹੋਵਾਂਗੇ, ਮੱਲੋ ਮੱਲੀ ਮੇਰੇ ਮਾਂ ਪਿਓ ਨੇ ਵਿਆਹ ਤਾ, ਪੰਜ ਹੋ ਗਏ, ਫਿਰ ਹੁਣ ਕੀ ਕਰੀਏ, ਆਪਦਾ ਕੰਮ ਕਰੀਏ। ਮੈਂ ਬੇਬੇ ਤੋਂ ਡਰਦੇ ਸੀ? ਡਰਦੇ ਵੀ ਅਸੀਂ ਡਰਦੇ ਨਹੀਂ ਸੀ ਪਹਿਲਾਂ, ਪਹਿਲਾਂ ਤਾਂ ਕੋਈ ਡਰਦੇ ਨਹੀਂ ਸੀ, ਹੁਣ ਤਾਂ ਡਰਦੇ ਹਾਂ। ਬੇਬੇ ਨੂੰ ਕਿਤੇ ਘੁਮਾਉਣ ਲੈ ਕੇ ਗਏ ਸੀਗੇ, ਬਸ ਲੋੜ ਹੀ ਨਹੀਂ ਪਈ ਨਾ ਘੁਮਾਉਣ, ਇੱਥੇ ਖੇਤਾਂ 'ਚ ਹੀ ਘੁਮਾ ਦਿੰਦੇ। ਬੇਬੇ ਆਪੇ ਘੁੰਮਦੀ ਰਹੀ, ਮੈਂ ਤਾਂ ਫੌਜ ਦੀ ਸੱਤ ਹਜ਼ਾਰ ਨਹੀਂ ਹੁੰਦਾ ਪਿਆ ਤੀ, ਉਸ ਨੇ ਵਿਆਹ ਹੋ ਗਿਆ ਤੀ, ਨਿਉਂਦੇ ਨਾਲ ਹੋਰ ਕੇ। ਹੁਣ ਸਾਡੇ ਵੇਲੇ ਤਾਂ ਨਾ ਤਾਂ ਕੋਈ ਚਿੱਟਾ ਸੀ, ਤੈਨੂੰ ਮੈਂ ਦੱਸਾਂ, ਨਾ ਕੋਈ ਦੁੱਧ ਵੇਚਣ ਜਾਣਦਾ ਸੀ, ਦੋ ਦੋ ਤਿੰਨ ਤਿੰਨ ਬਾਲਟੀਆਂ ਦੁੱਧ ਦੀਆਂ ਹਰੇਕ ਘਰ ਹੁੰਦੀਆਂ, ਅਤੇ ਤੌਲੇ ਘਿਓ ਦੇ ਭਰੇ ਪਏ ਹੁੰਦੇ, ਉਦੋਂ ਬੈਠਣ ਨਹੀਂ ਦਿੰਦੇ ਤੇ ਆ ਜਾ ਮੈਂ ਸਨੀਰੇ ਪਾ ਦੇ ਲੈ ਜਾ ਟੋਬੇ 'ਚ ਲੈ ਜਾ, ਉਹਨਾਂ ਟੋਬੇ 'ਚ ਮੈਂ ਸਹਿ ਜਾਂਦੀਆਂ ਘਰੇ ਨੇ। ਕਿੰਨਾ ਟਾਈਮ ਹੋ ਗਿਆ ਹੁਣ ਮੈਂ ਸਾਨੂੰ ਟੋਬੇ 'ਚ ਛੱਡੀਆਂ ਨੂੰ? ਟੋਬੇ ਛੱਡੀਆਂ ਤਾਂ ਘੱਟੋ ਘੱਟ ਤਾਂ ਹੁਣ 20-25 ਸਾਲ ਹੋ ਗਏ, ਸਾਈਕਲ ਤਾਂ ਬਾਹਲਾ ਵਧੀਆ, ਬਾਈਸਾਈਕਲ ਕਹਿ ਦਿੰਦੇ ਉਹਨੂੰ, ਬਾਈਸਾਈਕਲ ਕਹਿ ਦਿਓ, ਉਦੋਂ ਬਹੁਤ ਵਧੀਆ ਚੀਜ਼ ਤੀ, ਜਦੋਂ ਮਰਜ਼ੀ ਲੈ ਜਾ, ਕਿਤੇ ਮਰਜ਼ੀ ਲੈ ਜਾ, ਕੋਈ ਫੜਦੇ ਨਹੀਂ ਸੀ, ਇਹਦਾ ਤਾਂ ਇੱਥੇ ਪੁਲਿਸ ਖੜੀ, ਸਾਡੇ ਆਪਣੇ ਚਲਾਨ ਕੱਟ ਦੇਣੇ ਹੁਣ। ਪਹਿਲਾਂ ਉਹ ਤੇਰੇ ਬੰਦੇ ਨੂੰ ਪੁੱਛ ਲਾ ਵੀ ਕਾਏ ਜਵਾਕ ਤੇ ਤੁਹਾਡੇ ਬੁੜੇ ਦੇ, ਹਾਂ ਉਹਨੂੰ ਪੁੱਛ। ਉਦੋਂ ਫਿਰ ਜੰਗ ਦੇ ਉੱਥੇ ਕੀ ਮਾਹੌਲ ਹੁੰਦਾ ਸੀਗਾ? ਇੱਥੇ ਜੀ ਮਹਾਜੰਗ ਦੇ ਜੰਗ 'ਚ ਤਾਂ ਭਰਾਵਾ ਰੋਣ ਆਉਂਦਾ ਦੇਖ ਕੇ, ਦੱਸ ਨਹੀਂ ਸਕਦੇ ਵੀ ਕਿਆ ਅਸੀਂ ਔਖੀ ਮਤਲਬ ਕੱਟੀ, ਭੁੱਲ ਹੀ ਨਹੀਂ ਸਕਦੇ ਜਿਹੜੀਆਂ 14 ਰਾਤਾਂ ਅਸੀਂ ਕੱਟੀਆਂ ਜੰਗ ਦੇ ਵਿੱਚ, ਉਹ ਕਦੇ ਨਹੀਂ ਭੁੱਲ ਸਕਦੇ ਕਦੇ ਵੀ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਸੇਵਕ ਸਿੰਘ, ਤੁਸੀਂ ਜੁੜੇ ਹੋ ਸਿਰਲੇਖ ਸੱਥ ਦੇ ਨਾਲ। ਬਹੁਤ ਸਾਰੀਆਂ ਵੀਡੀਓ, ਬਹੁਤ ਸਾਰੀਆਂ ਗੱਲਾਂ ਬਾਤਾਂ ਬਜ਼ੁਰਗਾਂ ਦੇ ਨਾਲ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂਗੇ, ਬਜ਼ੁਰਗਾਂ ਦੁਆਰਾ ਦੱਸੀਆਂ ਗੱਲਾਂ, ਉਹਨਾਂ ਦੀ ਜਵਾਨੀ ਦੀਆਂ, ਉਹਨਾਂ ਦੇ ਖਾਣ ਪੀਣ ਦੀਆਂ, ਪਹਿਰਾਵੇ ਦੀਆਂ, ਜਾਂ ਕਹਿ ਲਈਏ ਕਿ ਖੇਤੀਬਾੜੀ ਦੀਆਂ ਗੱਲਾਂ। ਅੱਜ ਫਿਰ ਪਹੁੰਚੇ ਹਾਂਗੇ ਪਿੰਡ ਬਰਨਾਲਾ ਦੇ ਵਿੱਚ, ਜ਼ਿਲ੍ਹਾ ਮਾਨਸਾ, ਕਰਦੇ ਹਾਂ ਗੱਲਾਂ ਬਾਤਾਂ ਬਾਪੂਆਂ ਨਾਲ। ਬਾਬਾ ਸਾਈਂ ਦਾ ਡੇਰਾ ਹੈਗਾ ਇਹ, ਜਿੱਥੇ ਬਜ਼ੁਰਗ ਨੇ ਗੇ, ਆਓ ਕਰਦੇ ਹਾਂ ਗੱਲਬਾਤ। ਬਾਪੂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਕੀ ਨਾਮ ਹੈ? ਜੈਵ ਸਿੰਘ। ਕਿੰਨੀ ਉਮਰ ਹੋ ਗਈ ਤੁਹਾਡੀ? ਮੇਰੀ ਉਮਰ ਹੈਗੀ 82 ਸਾਲ ਦੀ। 82 ਸਾਲ ਦੀ। ਪਹਿਲਾਂ ਤਾਂ ਐਂ ਦੱਸੋ ਵੀ ਅੱਜ ਦੇ ਟਾਈਮ ਦੇ ਵਿੱਚ ਜਿਹੜੀਆਂ ਉਮਰਾਂ ਨੇਗੀਆਂ ਉਹ 50-60 ਸਾਲ ਦੀਆਂ ਰਹਿ ਗਈਆਂ। ਹਾਂ, ਤੁਹਾਡੇ ਟਾਈਮ ਦੇ ਵਿੱਚ ਤੁਸੀਂ ਇਹੋ ਜਿਹਾ ਕੀ ਖਾਂਦੇ ਸੀਗੇ? ਅਸੀਂ ਤਾਂ ਬਸ ਅਸੀਂ ਘਿਓ ਕੰਦੂ ਖਾਂਦੇ ਤੇ ਜਾਂ ਦੁੱਧ ਪੀਂਦੇ ਤੇ, ਹੋਰ ਉੱਥੇ ਉਦੋਂ ਵਿਕਦਾ ਨਹੀਂ ਸੀ। ਬਸ ਉਹ ਦੁੱਧ ਪੀਣ ਤੇ ਰਹਿੰਦੇ ਜਾਂ ਘਿਓ ਖਾਣ ਤੇ, ਵਿਕਣ ਨੇ ਮਾਰ ਲਏ, ਕੰਮ ਕਰਦੇ ਤੇ। ਹਾਂ, ਕੰਮ ਕਰਦੇ ਤੇ। ਕਿੰਨੇ ਭੈਣ ਭਾਈ ਹੋ? ਅਸੀਂ ਤਾਂ 6-7 ਭੈਣ ਭਾਈ ਤੇ। ਹੁਣ ਇੱਕ ਇਹ ਚੱਲ ਰਿਹਾ ਕਹਿੰਦੇ ਵੀ ਜੇ ਛੋਟਾ ਪਰਿਵਾਰ ਸੁਖੀ ਪਰਿਵਾਰ, ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ, ਕਿਵੇਂ ਸੋਚਦੇ ਹੋ ਇਸ ਚੀਜ਼ ਬਾਰੇ, ਕਿਉਂਕਿ ਜੇ ਕਿਸੇ ਦੇ ਦੋ ਜਵਾਕ ਸੀ ਪਹਿਲਾਂ ਤਾਂ ਉਹ ਹੁਣ ਇੱਕ ਹੀ ਰਹਿ ਗਿਆ। ਹਾਂ, ਇੱਕ ਹੀ ਰਹਿ ਗਿਆ, ਇੱਕ ਜਵਾਕ ਹੀ ਰਹਿ ਗਿਆ ਬਸ, ਦੂਜਾ
ਅੱਗੇ ਅੱਗੇ ਤਾਂ ਬੁੜੀਆਂ 6-7 ਜਵਾਕ ਤੋਂ ਘੱਟ ਕਿਸੇ ਦੇ ਨਹੀਂ ਹੁੰਦੀ ਸੀ। ਹੁਣ ਕੀ ਹੋ ਗਿਆ ਫਿਰ? ਹੁਣ ਫਿਰ ਇੱਕ ਜਵਾਕ ਹੋ ਜਾਂਦਾ ਬੱਚਾ, ਪਹਿਲਾਂ ਜੇ ਪਹਿਲਾਂ ਮੁੰਡਾ ਹੋ ਜੇ ਦੁਬਾਰੇ ਕੁੜੀ ਹੋਣ ਨਹੀਂ ਦਿੰਦੇ ਬਸ। ਹਾਂ, ਹੁਣ ਤਾਂ ਬਹੁਤ ਪਰਿਵਾਰ ਇਹੋ ਜਿਹੇ ਵੀ ਨੇ ਜਿਨ੍ਹਾਂ ਦੇ ਇੱਕ ਇੱਕ ਕੁੜੀ ਆ, ਉਹ ਕਹਿੰਦੇ ਵੀ ਨਾ ਦੱਸ ਇੱਕ ਕੁੜੀ ਰੱਖਣੀ ਆ। ਨਹੀਂ, ਐਂ ਨਹੀਂ ਕੋਈ ਰੱਖਦਾ, ਕੁੜੀ ਵਾਲਾ ਤਾਂ ਕਹਿੰਦੇ ਵੀ ਮੁੰਡਾ ਹੋ ਜੇ ਇੱਕ। ਬਚਪਨ ਕਿਹੋ ਜਿਹਾ ਸੀ ਤੁਹਾਡਾ? ਬਚਪਨ ਤਾਂ ਸਾਡਾ ਵਧੀਆ ਸੀ, ਤੁਰੇ ਫਿਰਦੇ ਤੇ ਵਿਹਲੇ। ਹਾਂ, ਕਹਿੰਦੇ ਕੰਮ ਕਰਦੇ ਸੀ? ਨਾ, ਕੰਮ ਤਾਂ ਕਰਨੇ ਸੀ, ਵਿਹਲੇ ਤੁਰੇ ਫਿਰਦੇ ਤੇ ਨਾ, ਛੋਟੇ ਛੋਟੇ ਤੇ ਐਡੇ ਐਡੇ ਜਵਾਕ ਤੇ ਕੱਪੜਾ ਲੀੜਾ ਹੁੰਦਾ ਨਾ, ਘੱਟ ਪਾਉਂਦੇ ਨਾ, ਕਛੇਰੇ ਘੱਟ ਪਾਉਂਦੇ, ਨੰਗ ਧੜੰਗੇ ਜਵਾਕ ਬੱਚੇ ਤੁਰੇ ਫਿਰਦੇ। ਖੇਡਾਂ ਕਿਹੋ ਜਿਹੀਆਂ ਸੀ? ਖੇਡਾਂ ਵਧੀਆ ਸੀਆਂ, ਸਾਰੇ 20-20 ਸਾਲ ਦੀਆਂ ਕੁੜੀਆਂ ਖੇਡੀ ਜਾਂਦੀਆਂ ਤੇ ਹੁਣ 10 ਸਾਲ ਦੀ ਕੁੜੀ ਨਹੀਂ ਖੇਡਦੀ। ਸ਼ਰਾਰਤਾਂ? ਸ਼ਰਾਰਤਾਂ ਉਦੋਂ ਹੈ ਨਹੀਂ ਦੀਆਂ, ਹੁਣ ਵੱਧ ਨੇ। ਨਹੀਂ, ਹਾਸੀ ਮਜ਼ਾਕ ਵਾਲੀਆਂ? ਹਾਂਜੀ, ਹਾਸੀ ਮਜ਼ਾਕ ਤਾਂ ਉਦੋਂ ਵੀ ਕਰਦੇ ਤੇ ਲੋਕ, ਉਦੋਂ ਵੀ ਕਰਦੇ ਤੇ ਹਾਸੀ ਮਜ਼ਾਕ ਤਾਂ। ਹੁਣ ਫਰਕ ਪੈ ਗਿਆ? ਹਾਂ, ਹੁਣ ਤਾਂ ਫਰਕ ਪੈਣੇ ਸੀ, ਹੁਣ ਤਾਂ ਦੂਜੇ ਨੂੰ ਦੂਜਾ ਬੁਲਾਉਂਦਾ ਨਹੀਂ, ਬਹੁਤ ਘੱਟ ਉਹ ਕਰਦੇ ਨੇ। ਅਸੀਂ ਕਿਸੇ ਵੀ ਬਾਬੇ ਨਾਲ ਗੱਲਬਾਤ ਕਰਦੇ ਹਾਂਗੇ, ਅਸੀਂ ਉਹਨਾਂ ਨੂੰ ਉਹਨਾਂ ਦੇ ਵਿਆਹ ਬਾਰੇ ਪੁੱਛਦੇ ਹਾਂਗੇ, ਅਤੇ ਅਸੀਂ ਤੁਹਾਡੇ ਨਾਲ ਵੀ ਇਹੀ ਗੱਲਬਾਤ ਕਰਨੀ ਆ ਵੀ ਤੁਹਾਡਾ ਵਿਆਹ ਕਿੰਨੀ ਉਮਰ 'ਚ ਹੋਇਆ ਸੀ? ਸਾਡਾ ਵਿਆਹ ਤਾਂ ਯਾਰ ਤੈਨੂੰ ਮੈਂ ਨਹੀਂ ਦੱਸ ਸਕਦਾ। ਦੱਸੋ, ਮੇਰੇ 3 ਹੋਏ ਨੇ। ਅੱਛਾ, ਕਿਆ ਬਾਤ ਆ, 3 ਵਿਆਹ? ਪਹਿਲਾਂ ਤਾਂ ਮੈਂ ਸਾਕ ਛੱਡਿਆ ਤੈਨੂੰ ਮੈਂ ਦੱਸਾਂ, ਫਿਰ ਦੁਬਾਰੇ ਮੇਰਾ ਵਿਆਹ ਹੋ ਗਿਆ, ਫਿਰ ਉਹ ਘਰ ਵਾਲੀ ਮਰ ਗਈ। ਅੱਛਾ, ਮੇਰੇ 3 ਬੱਚੇ ਤੇ ਘਰ ਵਾਲੀ ਮਰ ਗਈ, ਫਿਰ ਉਹ ਤੈਨੂੰ ਪਤਾ ਹੀ ਹੈ ਅੱਗੇ ਬੁੜੇ ਠੇਰਿਆਂ ਨੂੰ ਐਂ ਹੁੰਦਾ ਵੀ ਸਾਨੂੰ ਰੋਟੀ ਕਰਨੀ ਔਖੇ ਹੋਵਾਂਗੇ, ਮੱਲੋ ਮੱਲੀ ਮੇਰੇ ਮਾਂ ਪਿਓ ਨੇ ਵਿਆਹ ਤਾ, ਫਿਰ ਜੋ 2 ਜਵਾਕ ਹੋ ਗਏ, 5 ਹੋ ਗਏ ਤੇ 5 ਹੋ ਗਏ, ਫਿਰ ਹੁਣ ਕੀ ਕਰੀਏ, ਆਪਦਾ ਕੰਮ ਕਰੀ ਜਾਂਦੇ। ਨਹੀਂ, ਜਦੋਂ ਬੇਬੇ ਨੂੰ ਲੈਣ ਗਏ ਹੋ, ਹੁਣ ਪਹਿਲਾਂ ਵਿਆਹ ਤੁਸੀਂ ਕਹਿੰਦੇ ਵੀ ਛੱਡਤਾ, ਪਹਿਲਾਂ ਨਾਲ ਕਿਉਂ ਛੱਡਾ, ਪਹਿਲਾਂ ਤਾਂ ਐਂ ਦੱਸੋ। ਉਹ ਦੇ ਦਿਮਾਗ 'ਚ ਫਰਕ ਪੈ ਗਿਆ। ਅੱਛਾ, ਉਹ ਪਹਿਲਾਂ ਕਿਤੇ ਆਟਾ ਉੱਟਾ ਚੱਕ ਲਿਆ ਚੱਕੀ ਤੋਂ, ਉਹਦਾ ਦਿਮਾਗ ਖਰਾਬ ਹੋ ਗਿਆ, ਫਿਰ ਉਹਨਾਂ ਨੇ ਸਾਡੇ ਰਿਸ਼ਤੇਦਾਰੀ ਤੇ ਫਿਰ ਉਹਨਾਂ ਨੇ ਛੱਡਾਤਾ ਵੀ ਲੈਂਦੇ ਨਹੀਂ। ਕਾਹਤੇ ਫਿਰ ਜਦੋਂ ਦੂਜੀ ਵਾਰ ਗਏ ਹੋ ਤੁਸੀਂ, ਦੂਜੀ ਵਾਰ ਵਿਆਹ ਹੋ ਤੁਹਾਡਾ, ਉਦੋਂ ਬੇਬੇ ਨੂੰ ਕਾਹਤੇ ਲੈਣ ਗਏ ਸੀ? ਉਦੋਂ ਅਸੀਂ ਉਦੋਂ ਤਾਂ ਬੱਸਾਂ ਚੱਲ ਪਈਆਂ ਦੀਆਂ। ਚੱਲ ਪਈਆਂ ਸੀ? ਹਾਂ, ਵਧੀਆ ਸੌਖਾ ਹੋ ਗਿਆ ਕੰਮ। ਹਾਂ, ਸੌਖਾ ਹੋ ਗਿਆ ਸੀ ਬਾਬਾ। ਪਹਿਲੇ ਵਿਆਹ ਵੇਲੇ? ਹਾਂ, ਉਦੋਂ ਪਹਿਲਾਂ ਤਾਂ ਸਾਕ ਹੀ ਹੋਇਆ ਸੀ ਨਾ। ਅੱਛਾ, ਵਿਆਹ ਨਹੀਂ ਹੋਇਆ ਸੀ? ਵਿਆਹ ਨਹੀਂ ਹੋਇਆ, ਮੰਗਣਾ ਹੀ ਹੋਇਆ ਸੀ। ਮੰਗਣਾ ਹੀ ਹੋਇਆ ਸੀ। ਵਧੀਆ ਹੋ ਗਿਆ ਫਿਰ ਤਾਂ, ਪਹਿਲਾਂ ਪਤਾ ਲੱਗ ਗਿਆ। ਵਧੀਆ। ਅੱਛਾ, ਬੇਬੇ ਤੋਂ ਡਰਦੇ ਸੀ? ਡਰਦੇ ਅਸੀਂ ਡਰਦੇ ਡਰਦੇ ਨਹੀਂ ਸੀ ਪਹਿਲਾਂ, ਪਹਿਲਾਂ ਤਾਂ ਕੋਈ ਡਰਦੇ ਨਹੀਂ ਸੀ, ਹੁਣ ਤਾਂ ਡਰਦੇ ਆ। ਹੁਣ ਕਿਉਂ ਡਰਦੇ ਆ? ਹਾਂ, ਹੁਣ ਆਏ ਨਾ ਜਵਾਕ ਵੱਧ, ਤੈਨੂੰ ਪਤਾ ਜਦੋਂ ਟੱਬਰ ਵੱਡਾ ਹੋ ਜੇ ਫਿਰ ਆਪਦਾ ਸੋਚਣਾ ਹੀ ਪੈਂਦਾ। ਨਾ, ਹੁਣ ਤਾਂ ਡਰਨਾ ਨਹੀਂ ਚਾਹੀਦਾ, ਕਿ ਹੁਣ ਤਾਂ ਐਂ ਵੀ ਹੁਣ ਤਾਂ ਜਵਾਕ ਬਰਾਬਰ ਦੇਣਗੇ। ਉਹ ਜਵਾਕ ਆਪਦਾ ਕੰਮ ਕਰੀ ਜਾਂਦੇ ਨੇ, ਅਸੀਂ ਛੱਡ ਕੇ ਇੱਥੇ ਦੱਸਦੇ ਬੈਠ ਜਾਂਦੇ ਆ ਕੇ। ਕੋਈ ਇਹੋ ਜਿਹੀ ਗੱਲ ਦੱਸੋ ਜਿਹੜੀ ਮਤਲਬ ਵੀ ਗੱਲ ਤੋਂ ਬੇਬੇ ਤੋਂ ਡਰ ਲੱਗਦਾ ਹੋਵੇ ਪਹਿਲਾਂ, ਵੀ ਆਹ ਕੰਮ ਆਏ ਨਾ ਹੋ ਜੇ। ਨਾ, ਪਹਿਲਾਂ ਕੋਈ ਡਰ ਨਹੀਂ ਲੱਗਦਾ ਸੀ, ਪਹਿਲਾਂ ਤਾਂ ਡਰ ਹੀ ਨਹੀਂ ਲੱਗਦਾ ਸੀ, ਹੁਣ ਹੀ ਡਰ ਲੱਗਦਾ। ਮੈਂ ਤੈਨੂੰ ਦੱਸਾਂ, ਹੁਣ ਵਾਲੀਆਂ ਜ਼ਿਆਦਾ ਧੱਕਾ ਕਰਦੀਆਂ ਨੇ। ਹੁਣ ਵਾਲਾ ਮਤਲਬ ਵੀ ਹੁਣ ਦਾ ਜ਼ਮਾਨਾ ਜਿਹੜਾ, ਹਾਂ ਜਿਹੜਾ ਹੁਣ ਦਾ ਜ਼ਮਾਨਾ ਨਾ, ਉਸ ਇਸੇ ਤੋਂ ਡਰਦੇ ਨੇ, ਪਹਿਲਾਂ ਵਾਲੇ ਤਾਂ ਕੌਣ ਡਰਦਾ ਸੀ। ਹੁਣ ਤਾਂ ਹੁਣ ਵੀ ਨਹੀਂ ਡਰਦੇ ਤੁਸੀਂ ਬੇਬੇ ਤੋਂ? ਨਾ, ਮੈਂ ਤਾਂ ਕੋਈ ਡਰਦਾ ਨਹੀਂ। ਅਤੇ ਜੇ ਬੇਬੇ ਨੇ ਦੇਖ ਲਿਆ ਵੀ 10 ਭਾਈ ਡਰਦਾ ਨਹੀਂ ਹੁਣ? ਨਾ,
ਕੋਈ ਡਰਦੇ ਨਹੀਂ। ਬੇਬੇ ਤਾਂ ਦੇਖਦਾ ਰੋਜ਼ ਹੀ ਦੇਖਦੇ ਆ ਬੇਬੇ ਤਾਂ, ਕੋਈ ਡਰਦੇ ਨਹੀਂ। ਉਲਟ ਨਾ ਹੋ ਜਾਏਗਾ ਨਾ, ਉਲਟ ਕਾਹਦਾ ਹੋਜੂ, ਆਪਣਾ 80 ਸਾਲ ਦੀ ਉਮਰ ਹੋ ਗਈ ਲਵੇ ਲੱਗੇ ਪਿਆ, ਹੁਣ ਆਪਣਾ ਉਲਟ ਕੀ ਹੋਜੂ। ਬੇਬੇ ਦੀ ਉਮਰ ਕਿੰਨੀ ਆ? ਉਹਦੀ ਤਾਂ 70 ਕੁ ਸਾਲ ਦੀ ਆ। ਅੱਛਾ 70 ਕੁ, ਥੋੜੀ ਆ। ਹਾਂ, ਨੰਬਰਦਾਰੀ ਕਿੰਨਾ ਟਾਈਮ ਕਰੀ ਆ? ਮੈਂ ਨੰਬਰਦਾਰੀ ਹੁਣ ਤੱਕ ਨੰਬਰਦਾਰੀ ਆ ਮੈਂ। ਅੱਛਾ, ਘਰੇ ਨੰਬਰਦਾਰੀ ਹੁੰਦੀ ਸੀ? ਨਾ, ਹੁਣ ਤਾਂ ਮੈਂ ਜਵਾਕ ਨੂੰ ਸੰਭਾਲ ਰੱਖਿਆ ਨਾ ਮੁੰਡੇ। ਪਹਿਲਾਂ ਘਰੇ ਹੁੰਦੀ ਸੀ, ਚੱਲਦੀ ਸੀ? ਹਾਂ, ਪਹਿਲਾਂ, ਹੁਣ ਸਾਰਾ ਦਿਨ ਤਾਂ ਕੰਮ ਹੀ ਕਰਦੇ। ਨੰਬਰਦਾਰੀ ਵੀ, ਦੂਜੀ ਨੰਬਰਦਾਰੀ ਵੀ ਕਰਦੇ ਪਿੰਡ ਵਾਲੀ? ਨਾ, ਮੈਂ ਦੂਜੀ ਨੰਬਰਦਾਰੀ ਦੀ ਗੱਲ ਕਰਦਾ। ਅੱਛਾ, ਦੂਜੀ ਨੰਬਰਦਾਰੀ, ਉਹ ਤਾਂ ਹੁਣ ਤੈਨੂੰ ਪਤਾ ਹੀ ਆ, ਬੁੜਾ ਸਰੀਰ ਹੋ ਗਿਆ, ਹੁਣ ਕਿੱਥੇ ਹੁੰਦੀ ਹੈ। ਚਾਹ ਪੀਣ ਵੇਲੇ ਵਗ ਜਾਂਦੇ ਆ, ਉੱਠ ਕੇ ਚਾਹ ਪੀ ਆਉਂਦੇ ਆ ਘਰੇ ਜਾ ਕੇ। ਬੇਬੇ ਐਣੀ ਕਹਿੰਦੀ ਕਿ ਵੀ ਹੁਣ ਹੁਣ ਵਾਲੇ ਨੌਜਵਾਨ ਨੇ, ਲੈ ਹੁਣ ਆ ਗਿਆ ਚੱਕ ਕੇ ਖਾਣ ਦੇ ਟਾਈਮ ਤੇ ਜਾਂ ਚਾਹ ਪੀਣ ਦੇ ਟਾਈਮ ਤੇ? ਹੁਣ ਤਾਂ ਐਂ ਨੀ ਕਹਿੰਦੀ, ਮੈਂ ਤੈਨੂੰ ਦੱਸਾਂ ਵੀ ਹੁਣ ਚਾਹ ਦੇ ਟਾਈਮ ਤੇ ਆ ਗਿਆ। ਹੁਣ ਜਦੋਂ ਇੱਥੇ ਡਾਂਗ ਖੜਕਾਈ ਨਾ ਜਾ ਕੇ, ਉਹ ਪਈ ਆ ਡਾਂਗ ਲੱਗੀ, ਉਦੋਂ ਜਾਣ ਸਰ ਚਾਹ ਧਰੂਗੀ। ਨਿਸ਼ਾਨੀ ਆ, ਹੁਣ ਚਾਹ ਵੀ ਖੜਕਦੀ ਜਾਊਗੀ ਡਾਂਗ। ਹਾਂ, ਹੁਣ ਜੇ ਪੀਣੀ ਆ ਮੇਰੇ ਨਾਲ ਵਗ, ਚੱਲੋ ਚੱਲ ਨਾਲੇ ਤੁਹਾਨੂੰ ਪਿਆ ਲਿਓ। ਕਿਤੇ ਐਂ ਨਾ ਹੋਵੇ ਬੇਬੇ ਕਹਾਂ ਤੁਹਾਡੇ ਮੈਂ ਕਹਿੰਦਾ ਡਾਂਗ ਲੈ ਕੇ ਪਏ ਨਾਲ ਸਾਡੇ ਪੈ, ਫਿਰ ਤੁਹਾਨੂੰ ਪਤਾ ਲੱਗ ਜੂ। ਸਾਡੇ ਟਾਈਮ ਤਾਂ ਬਾਈ ਲੱਡੂ ਤੇ ਜਲੇਬੀਆਂ ਹੁੰਦੀਆਂ, ਆ ਦੂਜੀਆਂ ਮਠਿਆਈਆਂ ਨੀ ਹੁੰਦੀਆਂ। ਗੁੜ ਦਾ ਕੜਾ? ਗੁੜ ਦਾ ਕੜਾ ਉਹ ਗੋਤਕਣ ਵਾਲਾ ਕਰ ਲੈਂਦੇ ਪਹਿਲਾਂ। ਉਹ ਕੀ ਹੁੰਦਾ? ਗੋਤਕਣ ਵਾਲਾ ਕੜਾ ਬਣਾ ਲੈਂਦੇ, ਵੰਡਦੇ ਸਾਰਿਆਂ ਨੂੰ। ਅੱਛਾ, ਗੋਤਕਣ ਵਾਲਾ? ਹਾਂ, ਇਹ ਮੈਂ ਤੁਹਾਡੇ ਤੋਂ ਪਹਿਲੀ ਵਾਰ ਸੁਣਿਆ ਨਾ, ਕਿਉਂਕਿ ਹੁਣ ਵਾਲਿਆਂ ਨੂੰ ਪਤਾ ਹੀ ਨਹੀਂ ਇਹ ਚੀਜ਼ਾਂ। ਹੁਣ ਵਾਲਿਆਂ ਨੂੰ ਫਿਰ ਕੀ ਪਤਾ, ਜਦੋਂ ਹੁਣ ਤਾਂ ਕੋਈ ਗੋਤਕਣ ਵਾਲਾ ਕਰਦਾ ਹੀ ਨਹੀਂ। ਅੱਗੇ ਅੱਗੇ ਬੁੜੀਆਂ ਠੇਰੀਆਂ ਹੁੰਦੀਆਂ ਵੀ ਸਾਡੇ ਗੋਤ ਦੀ ਬੁੜੀ ਆਊਗੀ। ਅੱਛਾ, ਹੈਂ, ਉਹ ਸਾਰੇ ਇਕੱਠੇ ਹੋ ਜਾਂਦੇ, ਸਾਰੇ ਪਿੰਡ 'ਚ ਵੰਡਦੇ ਅਤੇ ਨਿਉਂਦਾ ਕੋਕਾ ਪੈਂਦਾ, ਅਤੇ ਹੁਣ ਤਾਂ ਜਾ ਕੇ ਪੈਲਸਾਂ 'ਚ ਬੈਠ ਜਾਂਦੇ ਨੇ, ਉੱਥੋਂ ਉੱਠ ਕੇ ਆ ਜਾਂਦੇ ਨੇ। ਅੱਗੇ ਤਾਂ ਚਾਰ ਚਾਰ ਦਿਨ ਕੜਾਹੀ ਚੜੀ ਰਹਿੰਦੀ। ਨਿਉਂਦਾ ਤਾਂ ਮੇਰੇ ਯਾਦ ਨੀ, ਮੈਂ ਤੈਨੂੰ ਦੱਸਾਂ ਹੈਗਾ ਸੀਗਾ ਪਿਆਜ਼ ਨਿਉਂਦਾ ਹੈਗਾ ਤੀ। ਹਾਂ, ਬੇਬੇ ਨੂੰ ਕਿਤੇ ਘੁਮਾਉਣ ਲੈ ਕੇ ਗਏ ਸੀਗੇ, ਬਸ ਲੋੜ ਹੀ ਨੀ ਪਈ ਨਾ ਘੁਮਾਉਣ, ਇੱਥੇ ਖੇਤਾਂ 'ਚ ਹੀ ਘੁਮਾ ਦਿੰਦੇ, ਬਾਹਰ ਨੀ ਲੈ ਕੇ ਗਏ ਕਿਤੇ, ਬਾਹਰ ਨੀ ਲੈ ਕੇ ਗਏ। ਅਸੀਂ ਤਾਂ ਇੱਥੇ, ਸਾਡਾ ਵਾਹਣ ਮਰ ਗਿਆ ਸੀ ਤੈਨੂੰ ਮੈਂ ਦੱਸਾਂ, ਜਦੋਂ ਵਾਹਣ ਮਰ ਗਿਆ ਸਾਡਾ ਪਾਣੀ ਨਾਲ, ਅਸੀਂ ਉੱਥੇ ਕੈਵਟੀ ਲਾਉਣ ਲੱਗ ਗਏ, ਬਾਹਰੋਂ ਲਿਆਂਦਾ ਵੱਡੇ ਬਨਾਲੇ ਤੋਂ ਝਿਉਰ ਤੀ, ਉਹ 3 ਮਹੀਨੇ ਲੱਗ ਗਏ ਫਿਰ ਸਾਨੂੰ, ਸਾਡੇ ਤਾਂ ਪੈਰ ਇੰਨੇ ਇੰਨੇ ਉੱਚੜ ਗਏ ਤੇ, ਹੁਣ ਵਾਲਾ ਕਿਹੜਾ ਕਰਦੂ, ਹੁਣ ਤਾਂ ਚੌਥੇ ਦਿਨ ਕੈਵਟੀ ਕਰ ਦਿੰਦੀਆਂ ਨੇ ਮਸ਼ੀਨਾਂ। ਉਦੋਂ ਸਾਡੇ ਵੇਲੇ ਤਾਂ ਗੱਡੇ ਦੇ ਵਹੀਏ ਹੁੰਦੇ, ਸਹੀ ਗੱਲ, ਤੇ ਉਹ ਤੁਰੇ ਫਿਰਦੇ ਸਾਰਾ ਦੁਪਹਿਰ, ਹੜ੍ਹ ਜੇਠ ਦਾ ਮਹੀਨਾ ਸੀ ਤੈਨੂੰ ਮੈਂ ਦੱਸਾਂ, ਤੇ ਬਸ ਫਿਰ ਸਾਲਤੀ ਸਮਾਰਤੀ ਸੀ, 6 ਮਹੀਨਿਆਂ 'ਚ ਜ਼ਮੀਨ ਰੇਤਾ ਬਣਾਤਾ ਸੀ, ਐਡੇ ਐਡੇ ਡਲੇ ਹੁੰਦੇ, ਮੈਂ ਤੈਨੂੰ ਦੱਸਾਂ, ਸਾਡੇ ਇੱਕ ਥਾਂ ਇੱਥੇ ਪਾਣੀ ਖੜਾ ਹੁੰਦਾ, ਇੱਥੇ ਡਲਾ ਹੁੰਦਾ ਐਡਾ। ਵਿਆਹ ਤੋਂ ਬਾਅਦ ਫਿਰ ਬੇਬੇ ਨੂੰ ਗਿਫਟ ਗੁਫਟ ਲਿਆ ਕੇ ਦਿੱਤਾ? ਗਿਫਟ ਬੇਬੇ ਨੂੰ ਕਹਿੰਦਾ ਗਿਫਟ ਲਿਆਉਣਾ, ਵਿਆਹ ਵਾਲੇ ਦੇ ਦੇ ਤਾ,
ਦਿੱਤਾ ਸੀ ਕੀ ਵਿਆਹੇ ਦਿਨ ਤਾਂ ਹੁਣ ਸਮਾਨ ਸਾਰਾ ਪਾਏ ਦੀ ਸੱਗੀ ਫੁੱਲ ਅੱਗੇ ਹੁੰਦੇ ਹੁਣ ਕਿਹੜੇ ਤੇ ਸੱਗੀ ਫੁੱਲ ਹੁਣ ਤਾਂ ਹੈ ਨੀ ਨਾ ਅੱਗੇ ਸੱਗੀ ਫੁੱਲੀਆਂ ਪਹੁੰਚਦੀਆਂ ਬੁੜੀਆਂ ਪਾਤੀਆਂ ਦੀਆਂ ਅੱਛਾ ਬਾਕੀ ਲੋੜ ਹੀ ਨੀ ਫਿਰ ਤਾਂ ਹੋਰ ਹੁਣ ਤੱਕ ਵਧੀਆ ਵਧੀਆ ਟਾਈਮ ਟੱਪੀ ਜਾਂਦਾ ਹੈ ਚਾਹ ਕਿੰਨਾ ਕਿ ਸੀ ਵਿਆਹ ਦਾ ਉਹ ਦੱਸੋ ਹੈ ਚਾਹ ਤਾਂ ਹੁੰਦਾ ਹੀ ਜਵਾਕਾਂ ਨੂੰ 18-20 ਸਾਲ ਦੇ ਜਵਾਕ ਵਿਆਹੇ ਜਾਂਦੇ ਅੱਗੇ 20 ਸਾਲ ਤੋਂ ਪਹਿਲਾਂ ਕੋਈ ਨਾ ਵਿਆਹੁੰਦਾ ਤੈਨੂੰ ਮੈਂ ਦੱਸਾਂ ਭਾਵੇਂ 10-10 ਸਾਲ ਤਾਂ ਉਹੀ ਚੱਲੀ ਜਾਂਦੀਆਂ ਸੀ ਉਹਦਾ ਤੁਰੇ ਫਿਰਦੇ ਆ ਜਵਾਕ ਇੰਨੀ ਪੜ੍ਹਾਈ ਨਹੀਂ ਸੀ ਹੁਣ ਤਾਂ ਜੰਮਦੇ ਨਹੀਂ ਪੜ੍ਹਨ ਲਾਉਂਦੀਆਂ ਨੇ 5-5 ਸਾਲ ਮੰਗਣਾ ਰਿਹਾ ਹੋਇਆ ਰਹਿੰਦਾ ਤੇ ਹੋਰ ਤੁਹਾਡਾ ਪਹਿਲਾਂ ਮੰਗਣਾ ਹੋਇਆ ਸੀਗਾ ਮੇਰਾ ਮੰਗਣਾ ਤਾਂ ਤੈਨੂੰ ਦੱਸਦਾ ਦਿੱਤਾ ਵੀ 3 ਵਾਰੀ ਹੋ ਗਿਆ ਪਹਿਲਾਂ ਵਿਆਹ ਤੋਂ ਪਹਿਲਾਂ ਹਾਂ ਵਿਆਹ ਤੋਂ ਪਹਿਲਾਂ ਹੋਈ ਸੀ ਅੱਛਾ ਵਿਆਹ ਤੇ ਫਿਰ ਦਾਰੂ ਦੂਰੂ ਕਿਵੇਂ ਸੀਗਾ ਸਿਸਟਮ ਦਾਰੂ ਉਦੋਂ ਖੁੱਲੀ ਚੱਲਦੀ ਹੁੰਦੀ ਘਰ ਦੀ ਦਾਰੂ ਕੱਢਦੇ ਲੋਕ ਬਸ ਪੈਗ ਲਾਉਂਦੇ ਸੀ ਪੈਗ ਤਾਂ ਘੱਟ ਹੀ ਲਾਇਆ ਸੀ ਮੈਂ ਤਾਂ ਲਾਉਂਦੇ ਸੀ ਨਾ ਲਾਉਂਦੇ ਤਾਂ ਹੈਗੇ ਤੇ ਮੈਂ ਹੁਣੀ ਛੱਡੀ ਤੈਨੂੰ ਇਹ ਦੱਸਾਂ ਕਿੰਨੇ ਕਿੱਥੇ ਤੱਕ ਆ ਗਈ ਸੀ ਫਿਰ ਹੈ ਕਿੰਨੇ ਪੈਗਾਂ ਤੱਕ ਆ ਗਈ ਸੀ ਮੈਂ ਪੀ ਜਾਂਦੇ ਜਿੰਨੀ ਕੁ ਲੋੜ ਹੁੰਦੀ ਵੱਧ ਵੀ ਅੱਧੀ ਵੀ ਪੀ ਜਾਂਦੇ ਪੌਣੀ ਵੀ ਪੀ ਜਾਂਦੇ ਆ ਦੂਜੇ ਨਾਲ ਦੇ ਸਾਥੀ ਕਹਿੰਦੇ ਵੀ 1.5 ਬੋਤਲ ਪੀ ਜਾਂਦੇ ਉਹ ਤਾਂ ਐਵੇਂ ਯਾਰ ਇਕੱਠੇ ਹੋਏ ਪੀ ਜਾਂਦੇ ਨੇ ਹੋਰ ਪੁਰਾਣੀਆਂ ਖੁਰਾਕਾਂ ਜਿਹੜੀਆਂ ਅੱਜ ਵੀ ਹੁਣ ਤਾਂ ਚਿੱਟੇ ਆਉਣ ਲੱਗ ਗਏ ਪਹਿਲਾਂ ਹੀ ਹਾਂ ਹੁਣ ਤਾਂ ਨਸ਼ਾ ਚਿੱਟਾ ਚੱਲਦਾ ਜੀ ਕਿਹੜੀਆਂ ਦਾਰੂਆਂ ਰਹੀਆਂ ਨੇ ਤੇ ਚਿੱਟਾ ਪੀ ਜਾਂਦੇ ਨੇ ਜਵਾਕ ਮਰੀ ਜਾਂਦੇ ਨੇ ਹੁਣ ਸਾਡੇ ਵੇਲੇ ਤਾਂ ਨਾ ਤਾਂ ਕੋਈ ਚਿੱਟਾ ਸੀ ਤੈਨੂੰ ਮੈਂ ਦੱਸਾਂ ਹੈ ਨਾ ਕੋਈ ਦੁੱਧ ਵੇਚਣ ਜਾਣਦਾ ਸੀ 2-2-3-3 ਬਾਲਟੀਆਂ ਦੁੱਧ ਦੀਆਂ ਹਰੇਕ ਘਰ ਹੁੰਦੀਆਂ ਤੇ ਤੌਲੇ ਘਿਓ ਦੇ ਭਰੇ ਪਏ ਹੁੰਦੇ ਹਰੇਕ ਘਰ ਘਿਓ ਹੁੰਦਾ ਮੈਂ ਤੈਨੂੰ ਦੱਸਾਂ ਪਹਿਲਾਂ ਐ ਹੁੰਦਾ ਸੀਗਾ ਨਾ ਪਹਿਲਾਂ ਕਹਿੰਦੇ ਹੁੰਦੇ ਸੀਗੇ ਵੀ ਜਿਹੜੇ ਨੇ ਦੁੱਧ ਵੇਚਦਾ ਪੁੱਤ ਵੇਚਣ ਦੇ ਬਰਾਬਰ ਹੁੰਦਾ ਹੋਰ ਵਿਕਦੇ ਨਾ ਉਦੋਂ ਦੁੱਧ ਵਿਕਦੇ ਹੀ ਨਾ ਉਦੋਂ ਸੁਣ ਲਾ ਹੁਣ ਬਾਪੂ ਜੀ ਦੱਸੋ ਤੁਸੀਂ ਦੱਸੋ ਹਾਂਜੀ ਕੀ ਪੁੱਛਣਾ ਕਿੰਨੀ ਉਮਰ ਹੋ ਗਈ ਤੁਹਾਡੀ ਪਹਿਲਾਂ ਮੇਰੀ ਹੋ ਗਈ 80 ਸਾਲ ਜੀ ਅੱਛਾ 80 ਸਾਲ ਦੇ ਵਿੱਚ ਕੀ ਕੁਛ ਬਦਲਦਾ ਦੇਖਿਆ ਬਹੁਤ ਸਾਰਾ ਕੁਛ ਹੀ ਬਦਲ ਗਿਆ ਫੌਜ ਚੋਂ ਆਏ ਤੁਸੀਂ ਕਿੰਨਾ ਟਾਈਮ ਰਿਹਾ ਫਿਰਦੇ ਆਪਾਂ ਕਿੰਨਾ ਟਾਈਮ ਰਹੇ ਹੋਗੇ ਫੌਜ ਦੇ ਵਿੱਚ 15 ਸਾਲ ਪਹਿਲਾਂ ਭਰਤੀਆਂ ਵੀ ਕਹਿੰਦੇ ਖੁੱਲੀਆਂ ਚੱਲਦੀਆਂ ਹੁੰਦੀਆਂ ਸੀ ਖੁੱਲੀਆਂ ਹੀ ਤੀਆਂ ਅਨਪੜ੍ਹਾਂ ਸੀ ਅੱਛਾ ਜੀਰੋ ਉਠਾ ਲੱਗੇ ਭਰਤੀ ਹੋਏ ਪਹਿਲਾਂ ਜਿਵੇਂ ਪਹਿਲਾਂ ਤੁਹਾਡੀ ਉਮਰ ਦੇ ਬਜ਼ੁਰਗਾਂ ਤੋਂ ਅਸੀਂ ਸੁਣਦੇ ਹਾਂਗੇ ਫੌਜ ਦੀਆਂ ਭਰਤੀਆਂ ਸੀਗੀਆਂ ਜਦੋਂ ਹੁੰਦੀਆਂ ਸੀ ਖੁੱਲੀਆਂ ਹੁੰਦੀਆਂ ਸੀਗੀਆਂ ਮੱਲੋ ਧੱਕੀ ਲੈ ਕੇ ਜਾਂਦੇ ਸੀ ਕੈਂਟਰਾਂ ਦੇ ਵਿੱਚ ਤੁਸੀਂ ਤੁਹਾਡੀ ਭਰਤੀ ਕਿਵੇਂ ਹੋਈ ਸੀ ਸਾਡੀ ਭਰਤੀ ਜੀ ਘਰੇ ਦੱਸ ਕੇ ਨਹੀਂ ਗਏ ਡੰਗਰਾਂ ਕੋਲੇ ਪੈਂਦੇ ਹੁੰਦੇ ਉੱਥੇ ਬਾਗਲ 'ਚ ਵੀ ਕਹਿੰਦੇ ਪਹਿਲੀ ਗੱਲ ਤਾਂ ਅਸੀਂ ਸਿਨੇਮਾ ਦੇਖਣ ਜਾਂਦੇ ਤੇ ਰਾਤ ਨੂੰ ਉਹ ਜਦੋਂ ਸਿਨੇਮਾ ਦੇਖਣ ਜਾਂਦੇ ਤੇ ਮੂਹਰੋਂ ਇੱਕ ਬੰਦਾ ਮਿਲਿਆ ਮੈਨੂੰ ਗਰੀਬੂ ਕਾ ਬਲਦੇਵ ਹਾਂ ਬਲਦੇਵ ਸੀ ਉਹ ਕਹਿੰਦਾ ਮੈਂ ਕਿਹਾ ਕਿੱਥੋਂ ਆਇਆ ਕਹਿੰਦੇ ਇਸ ਵੇਲੇ ਰਾਤ ਨੂੰ ਇੰਨਾ ਵੇਲਾ ਤੇ ਅਸੀਂ ਤਾਂ ਪਹਿਲਾਂ ਸਿਨੇਮਾ ਦੇਖਣ ਜਾਂਦੇ ਕਹਿੰਦਾ ਮੈਂ ਤਾਂ ਭਿੱਖੀ ਤੋਂ ਆਇਆ ਮੈਂ ਭਿੱਖੀ ਕੀ ਕਰਦਾ ਸੀਗਾ ਕਹਿੰਦਾ ਮੈਂ ਤਾਂ ਭਰਤੀ ਹੋ ਗਿਆ ਮੈਂ ਮੈਨੂੰ ਨਾ ਦੱਸਿਆ ਕਹਿੰਦਾ ਤੜਕੇ ਮਾਨਸ ਮੈਂ ਤਾਂ ਸਿਨੇਮਾ ਦੇਖ ਕੇ ਆ ਕੇ ਉੱਥੇ ਪੈ ਗਿਆ ਪੈ ਕੇ ਆ ਕੇ ਨਾ ਚਾਹ ਨਾ ਪਾਣੀ ਉੱਠ ਕੇ ਪੈਦਲ ਹੀ ਉਦੋਂ ਕੋਈ ਹੈ ਨਹੀਂ ਹੁੰਦਾ ਨਹੀਂ ਸੀ ਕੁਛ ਵੀ ਆ ਛੱਡ ਕੇ ਪੈ ਗਿਆ ਤਾਂ ਉੱਥੇ ਜਾ ਕੇ ਕੱਪੜੇ ਲਾ ਕੇ ਖੜ ਗਏ
ਤੇ ਸ਼ਾਮ ਨੂੰ ਸਾਨੂੰ ਦੋ ਦੋ ਕੰਬਲ ਦੇ ਤੇ ਭਰਤੀ ਕਰਕੇ ਤੇ ਮਿਲਟਰੀ ਨੂੰ ਸ਼ਰਤਾਂ ਕੁਛ ਨੀ ਭਜਾ ਕੇ ਦੇਖਿਆ ਭੱਜਣ ਚ ਤਾਂ ਆਮ ਹੀ ਮਤਲਬ ਜਦੋਂ ਬਾਹਰ ਅੰਦਰ ਸਾਰਾ ਦਿਨ ਖੇਡਦੇ ਤੇ ਭੱਜਣ ਵਾਲਾ ਤਾਂ ਪ੍ਰੋਬਲਮ ਨਹੀਂ ਹੁੰਦੀ ਕੋਈ ਹਾਂਜੀ ਤੇ ਹੋਰ ਕੁਛ ਡਾਕਟਰੀ ਕੀਤੀ ਤੇ ਕੱਦ ਕਾਠ ਮਿਲਿਆ ਜਿੰਨਾ ਉਹਨਾਂ ਨੂੰ ਚਾਹੀਦਾ ਓਨਾ ਬਸ ਹੈ ਜੀ ਕਿਵੇਂ ਮਤਲਬ ਜਿਹੜੇ ਹਥਿਆਰ ਹੁੰਦੇ ਸੀਗੇ ਫੌਜ ਦੇ ਵਿੱਚ ਦਿੰਦੇ ਹੁੰਦੇ ਨੇਗੇ ਘਰੇ ਲਿਆਉਂਦੇ ਜਾਂਦੇ ਸੀ ਪਹਿਲਾਂ ਨਹੀਂ ਉੱਥੇ ਜਮ੍ਹਾਂ ਹੁੰਦਾ ਸੀ ਅੱਛਾ ਹੁਣ ਗੱਲ ਕਰਦੇ ਹਾਂ ਵਿਆਹ ਦੀ ਕਿੰਨੀ ਉਮਰ ਦੇ ਵਿੱਚ ਹੋ ਗਿਆ ਸੀ ਮੇਰਾ ਹੋਇਆ 76 ਚ ਵਿਆਹ 76 76 ਚ ਹਾਂਜੀ ਅੱਛਾ ਭਰਤੀ ਹੋ ਗਏ ਸੀ ਉਦੋਂ ਉਦੋਂ ਪਹਿਲਾਂ ਨਾ 7 ਸਾਲ ਸਰਵਿਸ ਸੀ ਅੱਛਾ ਕਾਤੇ ਹੋਇਆ ਸੀਗਾ ਕਾਤੇ ਲੈਣ ਗਏ ਸੀ ਬੇਬੇ ਨੂੰ ਅਸੀਂ ਤਾਂ ਟੁੱਟੜੀ ਜੀ ਜੀਪ ਤੇ ਲੈਣ ਲੱਗ ਗਏ ਉਹ ਕਪੜੇ ਵਾਲੀ ਹਾਂ ਕਮਾਂਡਰ ਹਾਂ ਅੱਛਾ ਬੇਬੇ ਨੂੰ ਲੈ ਕੇ ਗਏ ਸੀ ਕਿਤੇ ਘੁੰਮਣ ਬੇਬੇ ਆਪੇ ਘੁੰਮਦੀ ਰਹੀ ਮੈਂ ਤਾਂ ਫੌਜ ਦੀ ਆਪੇ ਘੁੰਮਦੀ ਰਹੀ ਜਿੱਥੇ ਘੁੰਮਣਾ ਤੀ ਮੈਂ ਠੀਕ ਹੈ ਚਾਹ ਹੈਗਾ ਸੀ ਵਿਆਹ ਦਾ ਫਿਰ ਲੈ ਚਾਹ ਤਾਂ ਹੁਣ ਤੂੰ ਉਹ ਸਰ ਸਾਨੂੰ ਤਾਂ ਜ਼ਿਆਦਾ ਹੀ ਹੁੰਦਾ 10-20 ਦਿਨ ਛੁੱਟੀ ਜੀ ਮਿਲਦੀ ਹੁੰਦੀ ਛੁੱਟੀ ਦਾ ਹੀ ਚਾਹ ਹੁੰਦਾ ਸੀ ਵਿਆਹ ਦਾ ਨਹੀਂ ਵਿਆਹ ਦਾ ਵੀ ਤੀ ਨਾਲ ਜਿਹੜੇ ਹਿਸਾਬ ਨਾਲ ਮਾਲਕ ਤੁਸੀਂ ਦੱਸਦੇ ਆ ਕਿ 20 ਦਿਨ 15 ਦਿਨ ਛੁੱਟੀ ਮਿਲ ਜਾਂਦੀ ਸੀਗੀ ਫਿਰ ਤਾਂ ਮੈਨੂੰ ਤਾਂ ਲੱਗਦਾ ਵਿਆਹ ਤੋਂ ਜ਼ਿਆਦਾ ਛੁੱਟੀ ਦਾ ਚਾਹ ਸੀ ਬਸ ਸਾਰਾ ਕਾਸੇ ਤੇ ਸੀ ਅੱਛਾ ਜੰਗ ਲੜਿਓ ਹਾਂਜੀ ਕਿਹੜੀਆਂ ਕਿਹੜੀਆਂ 71 ਦੀ ਉਹ ਤੋਂ ਪਹਿਲਾਂ ਜਾਂ ਬਾਅਦ ਦੀ 65 ਦੀ ਚ ਭਰਤੇ ਹੋਏ ਆ 65 ਦੀ ਜੰਗ ਹਾਂ ਉਦੋਂ ਫਿਰ ਜੰਗ ਦੇ ਉੱਥੇ ਕੀ ਮਾਹੌਲ ਹੁੰਦਾ ਸੀਗਾ ਕਿੱਥੇ ਜੀ ਜੰਗ ਚ ਮਹਾ ਜੰਗ ਦੇ ਮੈਦਾਨ ਚ ਜੰਗ ਚ ਤਾਂ ਭਰਾਵਾ ਰੋਣ ਆਉਂਦਾ ਦੇਖ ਕੇ ਦੱਸ ਨਹੀਂ ਸਕਦੇ ਵਿਖੇ ਆਈਆਂ ਅਸੀਂ ਔਖੀ ਮਤਲਬ ਕੱਟੀ ਹੈ ਯਾਦ ਨੇ ਉੱਥੋਂ ਗੱਲਾਂ ਬਾਤਾਂ ਉੱਥੋਂ ਦੀਆਂ ਅੰਦਰ ਫਿੱਟ ਕਰੀਆਂ ਹੋਈਆਂ ਨੇ ਸਾਂਝੀਆਂ ਕਰੋਗੇ ਹੈ ਸਾਂਝੀਆਂ ਕਰੋ ਭਾਵੇਂ ਉੱਥੋਂ ਤੋਂ ਲਾ ਕੇ ਉੱਥੋਂ ਤੱਕ ਪੁੱਛ ਲਓ ਬੋਲੋ ਕੀ ਪੁੱਛਣਾ ਕਈ ਵਾਰ ਕੋਈ ਆਪਣੇ ਨਾਲ ਇਹੋ ਜਿਹੀ ਘਟਨਾ ਵਾਪਰਦੀ ਹੈਗੀ ਵੀ ਜਿਹੜੀ ਆਪਾਂ ਕਦੇ ਵੀ ਨਹੀਂ ਭੁੱਲ ਸਕਦੇ ਦੁੱਖ ਹੁੰਦਾ ਉਹ ਚੀਜ਼ ਯਾਦ ਕਰਕੇ ਵੀ ਕੋਈ ਇਹੋ ਜਿਹੀ ਗੱਲਬਾਤ ਮਤਲਬ ਅਸੀਂ ਭੁੱਲ ਹੀ ਨਹੀਂ ਸਕਦੇ ਜਿਹੜੀਆਂ 14 ਰਾਤਾਂ ਅਸੀਂ ਕੱਟੀਆਂ ਜੰਗ ਦੇ ਵਿੱਚ ਉਹ ਕਦੇ ਹੀ ਨਹੀਂ ਭੁੱਲ ਸਕਦੇ ਕਦੇ ਵੀ ਨਾ ਦਿਨ ਨੂੰ ਟਾਈਮ ਨਾ ਰਾਤ ਨੂੰ ਇੰਨੀਆਂ ਤਕਲੀਫਾਂ ਨਾ ਪਾਣੀ ਸਾਰੀਆਂ ਦੀਆਂ ਰਾਜਸਥਾਨ ਦੇ ਵਿੱਚ ਦੀ ਟਿੱਬੇ ਤੇ ਖਾਣ ਨੂੰ ਨਹੀਂ ਤੀ ਪੀਣ ਨੂੰ ਨਹੀਂ ਤੀ ਕੁਛ ਚਿੜੀਆਂ ਤੀਆਂ ਮੱਖੀਆਂ ਸੀਆਂ ਹੋਰ ਕੁਛ ਵੀ ਨਹੀਂ ਤੀ ਹਾਂ ਖਾਣ ਪੀਣ ਨੂੰ ਤਾਂ ਮਤਲਬ ਜੇ ਪਿੱਛੋਂ ਜਾਂਦਾ ਫੇਰ ਹੀ ਸੀ ਨਾ ਫਿਰ ਗੱਲ ਤਾਂ ਜੰਗ ਦਾ ਮੈਦਾਨ ਸੀ ਹਾਂ ਜੰਗ ਦਾ ਮੈਦਾਨ ਸੀ ਕਈ ਵਾਰੀ ਹੁਣ ਜਿਵੇਂ ਹੁਣ ਖੇਤਾਂ ਦੇ ਵਿੱਚ ਬਹੁਤ ਚੀਜ਼ਾਂ ਹੁੰਦੀਆਂ ਉੱਥੇ ਕੁਛ ਵੀ ਨਹੀਂ ਆਹੀ ਚੀਜ਼ਾਂ ਉੱਥੇ ਉੱਥੇ ਝਾੜੀਆਂ ਫੂਸ ਹੈ ਟਿੱਬੇ ਨਾ ਰੇਤਾ ਪੱਕੀ ਜੋ ਮਤਲਬ ਕਹਿ ਲਈਏ ਕਿ ਔਖਾ ਸੀ ਬਹੁਤ ਜ਼ਿਆਦਾ ਸਮਾਂ ਸਮਾਂ ਕੀ ਜੇ ਤੁਹਾਨੂੰ ਦੱਸਦੇ ਜੀ ਵੀ ਮਤਲਬ ਸਾਨੂੰ 4 or 3 ਰਾਤ ਨੂੰ 12ਵੇਂ ਮਹੀਨੇ ਦੀ 3 or 4 ਦੀ ਰਾਤ ਨੂੰ ਸਾਨੂੰ ਹੁਕਮ ਮਿਲ ਗਿਆ ਸਾਡਾ ਕੌਮੀ ਕਮਾਂਡਰ ਕਹਿੰਦਾ ਵੀ ਪਹਿਲਾਂ ਤਾਂ ਅਸੀਂ 6 ਮਹੀਨੇ ਉੱਥੇ ਬੈਠੇ ਰਹੇ ਉਹ ਕਹਿੰਦਾ ਵੀ ਮਤਲਬ ਉਹ ਗੱਲ ਨਾ ਸਮਝੋ ਵੀ ਤੁਸੀਂ ਰੋਟੀਆਂ ਖਾ ਛੱਡਦੇ ਹੋ ਤੇ ਪਾਏ ਜਾਂਦੇ ਹੋ ਵੀ ਤੁਸੀਂ ਐਂ ਦੱਸੋ ਵੀ ਮਤਲਬ ਕਹਿੰਦਾ ਇਕੱਠੇ ਕਰਕੇ ਇਹਦਾ ਵੀ ਤੁਸੀਂ
ਅੱਜ ਤੋਂ ਮਤਲਬ 12 ਅੱਡਿਆਂ ਦੇ ਫੈਰ ਹੋ ਚੁੱਕਿਆ, ਲੜਾਈ ਲੱਗ ਗਈ। ਇਹ ਨਾ ਆਖਿਓ ਵੀ ਲੜਾਈ ਲੱਗੀ ਨਹੀਂ, ਠੀਕ ਹੈ, ਅਤੇ ਵੀ ਲੜਾਈ ਲੱਗ ਚੁੱਕੀ ਹੈ। ਰਾਤ ਨੂੰ ਵੀ 20 ਆਦਮੀ ਦਾ ਪੈਟਰੋਲ ਭੇਜਦੇ ਮੂਹਰੇ ਬਾਰਡਰ 'ਤੇ, ਬਾਕੀ ਕੰਪਨੀ ਉੱਥੇ ਸੀਗੀ। ਅਤੇ ਜਦੋਂ ਬਾਰਡਰ 'ਤੇ ਥੋੜ੍ਹਾ ਜਿਹਾ ਅਸੀਂ ਅੱਧ 'ਚ ਹੀ ਗਏ ਅਤੇ ਟੈਂਕ ਤਾਂ ਟੱਪਣ ਲੱਗ ਗਏ ਬਾਰਡਰ। ਅੱਛਾ, ਉਹ ਟੱਪਣ ਲੱਗ ਗਏ ਬਾਰਡਰ ਟੈਂਕ ਕਿਹੜੇ, ਇੱਧਰ ਭਾਰਤ ਵਾਲੇ ਜਾਂ ਉੱਧਰ ਦੂਜੇ? ਪਾਕਿਸਤਾਨ ਦੇ, ਹਿੰਦੁਸਤਾਨ ਨੂੰ, ਹਿੰਦੁਸਤਾਨ ਨੂੰ। ਹਿੰਦੁਸਤਾਨ ਦੇ ਵਿੱਚ ਆ ਕੇ ਉਹ ਮਤਲਬ ਉੱਧਰੋਂ ਅਸੀਂ ਸੂਚਨਾ ਦੇਤੀ ਪਿੱਛੇ ਕੰਪਨੀ ਨੂੰ ਵੀ ਇੰਨੇ ਟੈਂਕ ਆ ਰਹੇ ਨਾ, ਤੁਸੀਂ ਆਪਦਾ ਇੰਤਜ਼ਾਮ ਕਰ ਲਓ, ਅਲਾਟ ਹੋ ਜਾਓ ਜਾਂ ਪਿੱਛੇ ਜਿਵੇਂ ਵੀ ਮਿਲਾਪ ਕਰਨਾ ਕਰ ਲਓ। ਉਹ ਤਾਂ ਮਤਲਬ 45 ਟੈਂਕ ਤੇ ਪਾਕਿਸਤਾਨ ਦੇ, ਜਿਹੜੇ ਕਿ ਚਾਈਨਾ ਦੇ ਬਣੇ ਹੋਏ ਤੇ, 100, 200, 300 ਮੀਲ ਇਦੋਂ ਵੱਧ ਚੱਲੇ ਨਹੀਂ ਹੋਏ ਤੇ, ਜਮਾਂ ਤਾਜ਼ੇ ਦਿੱਤੇ ਤੇ ਚਾਈਨਾ ਨੇ। ਅੱਛਾ, ਹਾਂ, ਸਾਨੂੰ ਆਹ ਵੀ ਤੁਸੀਂ ਇੱਥੇ ਹੀ ਰਹਿਣਾ, ਗਾਹਾਂ ਨਹੀਂ ਹਰਕਤ ਕਰਨੀ। ਸਾਨੂੰ ਪਿੱਛੋਂ ਪਾਸ ਹੋ ਗਿਆ ਵੀ ਨਾ ਤੁਸੀਂ ਫੈਰ ਕਰਨਾ, ਫੈਰ ਸਾਨੂੰ ਐਂ ਨਹੀਂ ਜਾ ਕਰਨ ਦਿੱਤਾ ਵੀ ਤੁਹਾਡੀ ਜਿੱਥੇ ਤੁਸੀਂ ਬੈਠੇ ਹੋ ਤੁਸੀਂ ਉਹ ਹੋ ਜਾਓਗੇ, ਉਹਨਾਂ ਨੂੰ ਪਤਾ ਲੱਗ ਜਾਓ, ਤੁਹਾਨੂੰ ਪਹਿਲਾਂ ਹੀ ਮਾਰ ਦੇਣਗੇ। ਅਸੀਂ ਜੀ ਟੱਬੇ 'ਤੇ, ਬਹੁਤ ਵੱਡਾ ਟੱਬਾ ਸੀਗਾ, ਉੱਥੇ ਬੈਠੇ ਰਹੇ, ਹਰਕਤ ਦੇਖਦੇ ਰਹੇ, ਜੋ ਹਰਕਤ ਹੁੰਦੀ ਤੀ ਪਿੱਛੇ ਪਾਸ ਕਰ ਦਿੰਦੇ ਤੇ। ਰਾਤ ਨੂੰ 2:30 ਵਜੇ ਆ ਕੇ ਫਾਇਰ ਕਰਤਾ ਉਹਨਾਂ ਨੇ ਜੀ, ਆ ਕੇ ਮੱਕਾ ਕਰਦਾ ਪਿੱਛੇ। ਹਾਂ, 2:30 ਵਜੇ ਫਾਇਰ ਹੋ ਗਿਆ। ਮੂਹਰੇ ਵੀ ਇਹਨਾਂ ਕੋਲ ਹੈਗੇ ਸੀਗੇ ਐਂ ਮਤਲਬ ਉਹਦੇ ਵਿਰੁੱਧ ਕਰਨ ਵਾਲੇ ਟੈਂਕਾਂ ਦੇ, ਉਹ ਵੱਜਦੀ ਹੈ ਟੈਂਕ ਤੋੜਨ ਵਾਲੀ ਵੱਜਦੀ ਆ, ਉਹ ਜੀਪ 'ਤੇ ਹੁੰਦੀ ਆ, ਮੂੰਹ ਤਾਂ ਚੱਕੀ ਨਹੀਂ ਜਾਂਦੀ। ਫਿਰ ਉਹਨਾਂ ਨੇ ਕੀ ਕੀਤਾ ਵੀ ਉਹਨਾਂ ਨੇ ਆਖਿਆ ਵੀ ਜਿਹੜਾ ਹੱਲ ਨਹੀਂ ਰਿਹਾ ਕੋਈ, ਜਾਂ ਤਾਂ ਨਫ਼ਰੀ ਜ਼ਿਆਦੇ ਆ ਇੱਥੇ ਅਤੇ ਜਾਂ ਕੋਈ ਹੋਰ ਹੈ ਜਾਂ ਮਹੀਨਾ ਲੱਗੀਆਂ ਨੇ, ਕੋਈ ਵੀ ਚੀਜ਼ ਹੈ ਜਿਹੜਾ ਉਹ ਇੰਨੇ ਉਸ 'ਚੋਂ ਇਹ ਹੱਲਦੇ ਨਹੀਂ ਹੈਗੇ। ਵੀ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਸੋਚਿਆ ਵੀ ਆਪਾਂ ਬੰਦ ਕਰੋ ਹੁਣ ਫਾਇਰ ਕਰਕੇ ਨਾ, ਵੀ ਆਪਾਂ ਤਰੱਕੀ ਕਰਾਂਗੇ ਸਦੀ। ਹਾਂ, 5 ਵਜੇ ਸਟਾਰਟ ਕਰਤਾ ਜੀ ਉਹਨਾਂ ਨੇ ਕੰਮ ਦੁਬਾਰੇ, ਅਤੇ ਅਸੀਂ ਵੀ ਉੱਧਰੋਂ ਆਰ ਵਾਲੇ ਕੰਪਨੀ ਦੇ ਵਿੱਚ, ਅਸੀਂ ਮੋਰਚਿਆਂ 'ਚ ਅਤੇ ਉਹ ਬਣਾਉਂਦੇ ਸੀਗੇ। ਪਹਿਲਾਂ ਕਿੰਨੇ ਜਾਣੇ ਸੀ ਤੁਸੀਂ ਉੱਥੇ ਟੋਟਲ? ਇਕੱਲੇ 120। ਅੱਛਾ, 120 ਜਾਣਾਂ ਦੀ ਟੁਕੜੀ ਸੀ। ਹਾਂਜੀ, ਅਤੇ ਉਹਨਾਂ ਨੇ ਸ਼ੁਰੂ ਕਰਤਾ, ਤਾਰਾਂ ਬਗਲੀਆਂ ਤੀਆਂ, ਐਸਲੋਟ ਮੈਨਾਂ ਲੱਗੀਆਂ ਸੀ, ਕੁਛ ਮੈਨਾਂ ਸੀ ਕਾਹਲੀ 'ਚ ਨਾ ਨੰਗੀਆਂ ਰਹਿ ਗਈਆਂ। ਅੱਛਾ, ਜਿਹੜੀਆਂ ਕਿ ਉੱਪਣੀ ਪਈਆਂ ਤੀਆਂ, ਦਿਖੀ ਜਾਂਦੀਆਂ ਤੀਆਂ। ਜਦੋਂ ਉਹਨਾਂ ਨੇ ਦੂਰਬੀਨ ਨਾਲ ਦੇਖਿਆ ਕਿ ਮੈਨ ਜੇਰੀ ਆ, ਟੈਂਕ ਨਹੀਂ ਤੋਰੇ ਉਹਨਾਂ ਨੇ, ਟੈਂਕ ਨਾ ਤੋਰਨ ਦੇ ਕਾਰਨ ਉਹਨਾਂ ਦੇ 8-8, 7-7 ਬੰਦੇ ਲਿਆਂਦੇ ਸੀਗੇ, ਮਤਲਬ ਇਹਦੇ ਆਪਣੇ ਉੱਤੇ ਚੜ੍ਹਾ ਕੇ ਟੈਂਕਾਂ ਦੇ। ਅੱਛਾ, ਉਹ ਇਕੱਠੇ ਕਰਕੇ ਸਾਡੇ 'ਤੇ ਅਟੈਕ ਸ਼ੁਰੂ ਕਰਤਾ ਉਹਨਾਂ ਨੇ, ਹਮਲਾ ਬੋਲਣ ਦਾ, ਅਤੇ ਅਸੀਂ ਮੋਰਚਿਆਂ 'ਚ ਅਤੇ ਉਹ ਪੁਣਾਉਂਦੇ ਸੀਗੇ, ਅਸੀਂ ਕਿਉਂ ਚੜ੍ਹਨ ਦਿੰਦੇ ਉਹਨੂੰ, ਪਾਤੀਆਂ ਸੱਥਰੀਆਂ ਜਿੰਨੇ ਕਾਏ 'ਤੇ ਲਪੇਟ 'ਤੇ। ਅੱਛਾ, ਹਾਂ, ਲਪੇਟ 'ਤੇ। ਫਿਰ ਸਾਨੂੰ ਹੁਕਮ ਮਿਲਿਆ ਵੀ ਤੁਸੀਂ ਰਾਤ ਨੂੰ ਮਿਲਾਪ ਹੋ ਗਿਆ ਜੈਪੁਰ, ਇਹਨਾਂ ਜੋਧਪੁਰ, ਉੱਥੇ ਜਸਲਮੇਰ ਦੇ ਕੋਲ ਪਰਲੇ ਪਾਸੇ ਬਾਲਮੇੜ ਹੈ, ਬਾਲਮੇੜ ਦੇ ਉੱਥੇ ਹਵਾਈ ਅੱਡਾ ਹੈ। ਸਾਨੂੰ ਉਹਦੇ ਵੀ ਜੇ ਤਾਂ ਤੁਸੀਂ ਦਿਨ ਚੜ੍ਹੇ ਤੋਂ ਕੱਟ ਸਕਦੇ ਹੋ ਤਾਂ ਠੀਕ ਹੈ, ਦਿਨ ਚੜ੍ਹੇ ਤੁਹਾਡੇ ਕੋਲ ਜਹਾਜ਼ ਆ ਜਾਣਗੇ। 6:20 ਵਜੇ ਸਾਡੇ ਕੋਲ ਜਹਾਜ਼ ਆ ਗਿਆ,
ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਨਿਸ਼ਾਨੀ ਦੱਸੋ ਵੀ ਤੁਸੀਂ ਕਿੰਨੇ ਕੁ ਥਾਂ ਚੋ। ਸਾਡੀ ਸਿੱਖਾਂ ਦੀ ਟੁਕੜੀ ਤੀ ਉੱਥੇ, ਅਸੀਂ ਪੱਗਾਂ ਲਾ ਕੇ ਉਡਾਤੀਆਂ ਜਿੰਨੇ ਥਾਂ 'ਚ ਸਹੀਗੇ। ਉਹਨਾਂ ਨੇ ਉਹ ਏਰੀਆ ਕਵਰ ਕਰ ਲਿਆ ਜਿਹੜਾ ਬੰਨ ਲਿਆ। ਹਾਂ ਵੀ ਇੱਥੇ ਨਾ ਛੇਤੀ ਨਾ ਆ ਜਾਣ ਜਿਹੜੇ ਪਹਿਲਾਂ ਮੂਹਰੇ ਆ ਗਏ, ਟੈਂਕ ਪਹਿਲਾਂ ਉਹ ਤੋੜੇ, ਫਿਰ ਪਿੱਛੇ ਤੱਕਰ ਤੋੜੇ, ਫਿਰ ਤਾਂ ਗਾਹ ਪਾਤਾ ਉਹਨਾਂ ਨੇ ਰੱਖ ਕੇ। ਦੋ ਚਾਰ ਆ ਜਾ ਕਰਨ, ਚਾਰ ਵਗ ਜਾ ਕਰਨ, ਚਾਰ ਵਗ ਜਾ, ਦਿਨ ਚੜਿਆ ਸੀ ਬਹੁਤ ਵਧੀਆ, ਐਂ ਲੱਗੇ ਵੀ ਰਾਤ। ਉਹਨਾਂ ਦੇ ਕਿੰਨੇ ਕੁ ਜਾਣੇ ਹੋਣਗੇ? ਕਿਹਨਾਂ ਦੀ? ਉਹਨਾਂ ਦੀ ਮੈਂ ਦੱਸਿਆ ਵੀ ਅੱਠ ਅੱਠ ਦਸ ਦਸ ਬੰਦੇ ਹੀ ਲਿਆਏ ਤੇ ਟੈਂਕਾਂ 'ਤੇ, ਬਾਕੀ ਨਫਰੀ ਤਾਂ ਪਿੱਛੇ ਹੀ ਸੀ ਉਹਨਾਂ ਦੀ। ਉਹ ਇਹਨਾਂ ਨੂੰ ਮਾਨਤੀ ਵੀ ਟੈਂਕਾਂ ਨਾਲ ਲੈਤਰ ਦੇਂਗੇ ਉਹੀ, ਐਂ ਸੀ ਇਹਨਾਂ ਨੇ ਵੀ ਕੀ ਆਪਣੇ ਮੂਹਰੇ ਅੜ ਦੇਣਗੇ ਕੀ। ਉਹਨਾਂ ਨੂੰ ਇਹ ਵੀ ਪਤਾ ਸੀ ਬੰਦੇ ਘੱਟ ਨਾ, ਸਾਰਾ ਕੁਛ ਚਾਲ ਖੇਡੀ ਇਹਨਾਂ ਨੇ। ਕੋਈ ਸੀ ਐਡੀ ਤਾਂ ਇਹਨਾਂ ਦੀ ਹੁੰਦੀ ਹੈ, ਹਰੇਕ ਗੌਰਮੈਂਟ ਦੀ ਹੁੰਦੀ ਹੈ। ਸਾਡਾ ਡਿੱਪ ਦੂਜੇ ਪਾਸੇ ਦੀ ਵਾ ਗਿਆ, ਉਹ ਉਲਟ ਸਾਈਡ ਦੀ ਆ ਗਏ, ਉਹ ਐਂ ਸਾਡਾ ਦੇਣੀ ਦੀ ਵਾ ਗਿਆ, ਉਹ ਬਾਏ ਐਂ ਹੋਇਆ ਸੀਗਾ। ਜੰਗ ਦੇ ਵਿੱਚ ਕਹਿ ਲਈਏ ਕਿ ਜਿਹੜਾ ਜੰਗ ਦਾ ਮੈਦਾਨ ਹੁੰਦਾ ਉੱਥੇ ਤਕੜੇ ਹੀ ਖੜਦੇ ਨੇ। ਹਾਂ ਹੁਣ ਵਾਲੇ ਖੜਾ ਲਓ, ਅਗਨੀ ਵਾਲੇ, ਅਗਨੀ ਵਾਲੇ ਖੜਾ ਲੈਣ, ਇਹਨਾਂ ਨੂੰ ਦੱਸਣਗੇ ਉਹ ਲੜਾਈ ਕੀ ਹੁੰਦੀ ਹੈ, ਉਹਨਾਂ ਨਾਲ ਹੀ ਲੜਨਗੇ। ਹਾਂ ਇਹਨਾਂ ਨੂੰ ਦਿੱਤੇ ਤਾਂ ਹੈ ਨਹੀਂ ਕੁਛ, ਅਤੇ ਕੁਛ ਫਾਇਦਾ ਆਪਾਂ ਨੂੰ ਵੀ ਹੋਊਗਾ ਕੀ? ਆਪਾਂ ਹਥਿਆਰ ਸਿੱਖ ਕੇ ਆਉਣਗੇ, 4 ਸਾਲ 'ਚ ਆਪਣੇ ਢੇਰ ਲੱਗ ਜਾਣਗੇ, ਆਪਾਂ ਉਹਨਾਂ ਨੂੰ ਲੜਾਂਗੇ। ਕਿਹਨਾਂ ਨਾਲ? ਆਪਣੇ ਨਾਲ ਹੀ। ਅੱਛਾ ਆਪਣੇ ਨਾਲ ਲੜਾਈ ਹੋਊਗੀ, ਆਪ 'ਚ ਹੀ ਵੱਢੇ ਜਾਵਾਂਗੇ ਆਪਾਂ। ਹਾਂ ਹੁਣ ਦੇ ਹਾਲਾਤ ਜਿਵੇਂ ਮੰਨ ਲਓ ਤੁਸੀਂ ਜੰਗ ਦਾ ਸਮਾਂ ਤੁਸੀਂ ਆਪ ਹੰਢਾਇਆ ਹੈਗਾ, ਹੈ ਨਾ, ਜਵਾਨੀਆਂ ਸੀਗੀਆਂ, ਬਚਪਨ ਦੀਆਂ ਖੇਡਾਂ ਨੇ, ਅੱਜ ਦੇ ਬਚਪਨ ਦੀ ਗੱਲਬਾਤ ਕਰੀਏ ਤਾਂ ਸਭ ਕੁਛ ਬਦਲ ਗਿਆ। ਕੁਛ ਵੀ ਨਹੀਂ ਰਿਹਾ, ਕੁਛ ਵੀ ਨਹੀਂ ਰਿਹਾ, ਉਹ ਚੀਜ਼ ਤਾਂ ਇੱਕ ਵੀ ਨਹੀਂ ਅੱਜ ਨਿਉਂ ਨੇ ਸਾਰੀਆਂ। ਇਹ ਸੋਚਿਆ ਕਦੋਂ ਸੀ ਤੁਸੀਂ ਵੀ ਫੌਜ ਦੇ ਵਿੱਚ ਹੀ ਜਾਣਾ ਗਾ ਜਾਂ ਉਹੀ ਬਾਗੇ ਆਣੀ ਪਟਾਣੀ? ਜੀ ਬਾਤ ਤੁਹਾਨੂੰ ਦੱਸ ਤਾਂ ਦਿੱਤਾ ਵੀ ਸਿਨੇਮਾ ਦੇਖਣ ਜਾਂਦੇ ਤੇ, ਉਹ ਤਾਂ ਮੈਂ ਕੱਲ ਨੂੰ ਭਰਤੀ ਹੋ ਗਿਆ, ਮੈਂ ਹੁਣ ਮੈਨੂੰ ਦੱਸ ਜਾਂਦਾ ਆ ਤਾਂ ਕੱਲ ਨੂੰ ਮਾਨਸਾ ਸੋਚਿਆ, ਸੋਚ ਲਿਆ ਰਾਤ ਹੀ। ਘਰੇ 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 ਘਰਦਿਆਂ ਦਾ ਕੀ ਮਾਹੌਲ ਸੀ? ਘਰਦੇ ਮਾਹੌਲ ਤੇ ਆ ਕੇ ਉਹਨਾਂ ਦੇ ਇਹਨਾਂ ਵਾਲੇ ਦੇ ਗੁਰਦਿਆਲ ਦੇ ਮੁੰਡੀ ਹੁੰਦੀ ਆ ਕਿ ਉਹ ਘੜਨ ਗਿਆ ਹੋਊਗਾ, ਆਜੂਗਾ ਆਥਣ ਨੂੰ, ਆਥਣ ਨੂੰ ਕੀ ਨਹੀਂ ਆਉਣਾ ਜੀ। ਫੌਜ ਚ ਵਗ ਗਿਆ ਜੀ, ਫਿਰ ਮੇਰੇ ਨਾਲ ਇੱਕ ਬੰਦਾ ਗਿਆ ਸੀ, ਬੱਲਾ ਗਿਆ ਸੀਗਾ, ਉਹਨੇ ਉਹ ਡਾਕਟਰੀ ਚੋਂ ਕੱਢਤਾ ਸੀਗਾ, ਉਹਦੇ ਨਾਲ ਇੱਕ ਸੀਗਾ, ਉਹਨੇ ਦੱਸਤਾ ਤੇ ਆ ਕੇ ਡਾਕਟਰੀ ਚੋਂ ਨਿਕਲ ਗਿਆ ਜੀ ਉਹ ਘਰੇ ਆ ਕੇ। ਹਾਂ ਚਲੋ ਵਧੀਆ, ਇਹ ਚੀਜ਼ਾਂ ਵੀ ਅਸੀਂ ਸੁਣਦੇ ਹਾਂਗੇ, ਬਹੁਤ ਘੱਟ ਬਜ਼ੁਰਗ ਨੇਗੇ ਜਿਹੜੇ ਦੱਸਦੇ ਕਰਦੇ ਨੇ, ਤੇ ਹੋਰ ਬਜ਼ੁਰਗ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂਗੇ। ਬਾਪੂ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕੀ ਨਾਮ ਹੈ? ਹਰਜੀਤ ਸਿੰਘ। ਕਿੰਨੀ ਉਮਰ ਹੋਈ ਤੁਹਾਡੀ? ਮੇਰੀ ਹੋਈ 60 ਸਾਲ। 60 ਸਾਲ, ਬਹੁਤ ਕੁਛ ਬਦਲ ਗਿਆ ਫਿਰ 60 ਸਾਲਾਂ 'ਚ? ਬਹੁਤ ਕੁਛ ਬਦਲ ਗਿਆ। ਬਚਪਨ ਦਾ ਕੁਛ ਅੱਜ ਹੈਗਾ ਦਿਖਦਾ ਕਦੇ ਵੀ ਆਹ ਚੀਜ਼ਾਂ ਮੈਂ ਅਸੀਂ ਖੇਡਦੇ ਹੁੰਦੇ ਸੀਗੇ ਜਾਂ ਚੀਜ਼ਾਂ ਖਾਂਦੇ ਹੁੰਦੇ ਸੀ, ਕੁਛ ਹੈਗਾ? ਹੈਗਾ ਹੈਗਾ। ਕੀ ਕੁਛ? ਬਸ ਉਦੋਂ ਤਾਂ ਚੀਜ਼ਾਂ ਬਹੁਤ ਵਧੀਆ ਸੀਗੀਆਂ, ਹੁਣ ਤਾਂ ਜਿਵੇਂ ਕੈਮੀਕਲ ਆ ਗਿਆ ਜੀ ਜਵਾਕਾਂ ਨੂੰ। ਅੱਗੇ ਤਾਂ ਸਾਡੇ ਕੋਲ ਚੁਸਕੀ ਹੁੰਦੀ ਕੱਲੀ ਖੰਡ ਦੀ, ਉਹ ਤਾਂ ਕੁਛ ਨਹੀਂ ਤੀ, ਉਹ ਟਾਈਮ ਸੂਟ ਬੱਚੇ ਦੀ ਅਸੀਂ ਕਣਕ ਬੱਲੀਆਂ ਇਕੱਠੀਆਂ ਕਰ ਲਾਂਦੇ, ਟਾਈਮ ਵੀ ਐਸਾ ਦੀ ਛੋਟੇ ਛੋਟੇ ਹੁੰਦੇ 5-7 ਸਾਲਾਂ ਦੇ। ਬਸ ਉਹ ਯਾਦ ਹੈ ਵੀ ਜਦੋਂ ਪੜ੍ਹਦੇ ਹੁੰਦੇ ਦੂਜੀ ਤੀਜੀ 'ਚ, ਤੀਜੀ ਚੌਥੀ 'ਚ, ਉਨੀਆਂ ਕੁ ਗੱਲਾਂ ਸੁਪਨੇ ਵਾਂਗੂ ਯਾਦ ਨੇ ਵੀ ਬੱਲੀਆਂ ਇਕੱਠੀਆਂ ਕਰਦੇ, ਮਾਂ ਪਿਓ ਭੇਜਦੇ ਮਲ ਲੈ ਕੇ,
ਉਹ ਸਾਰੇ 10-5 ਪੈਸਿਆਂ ਦੀ, 4 ਆਨੇ ਦੀ ਮਸਈ ਕਣਕ ਹੁੰਦੀ, ਬਸ ਉਹ ਚੂਸਕੀਆਂ ਖਾ ਲਾਂਦੇ, ਹੋਰ ਕੁਛ ਨਹੀਂ ਸੀ। ਆਹ ਹੁਣ ਤਾਂ ਬੜਾ ਕੁਛ ਬਣ ਗਿਆ। ਕੱਪੜੇ ਲੀੜੇ ਕਿਹੋ ਜਿਹੇ ਹੁੰਦੇ ਸੀ ਉਦੋਂ? ਕੱਪੜੇ ਲੀੜੇ ਕਿਹੜੇ? ਹੁਣ ਤੱਕ ਹੁਣ ਤਾਂ ਸੀਗੇ, ਜੇ ਮੈਸਾਂ ਦੇ ਫੋਸਾਂ ਦੇ ਉਹ ਜੇ ਮੱਚ ਦਿੱਤੀ ਉਹਨਾਂ ਦੇ ਪੈਰ ਪੈਰ ਧਰਦੇ, ਜਦੋਂ ਮਿੱਟੀ ਨਹੀਂ ਪੈਣ ਦਿੰਦੇ, ਹੁਣ ਮਿੱਟੀ ਨਹੀਂ ਪੈਣ ਦਿੰਦੇ, ਹੁਣ ਮਿੱਟੀ ਕਿੱਥੇ ਪੈਂਦੀ ਹੈਗੀ। ਹੁਣ ਤਾਂ ਬਚਪਨ ਚੰਗਾ ਸੀ, ਬਸ ਠੀਕ ਹੀ ਸੀਗਾ, ਵਧੀਆ। ਕੁੱਟ ਪੈਂਦੀ ਹੁੰਦੀ ਸੀ ਘਰਦਿਆਂ ਨੂੰ? ਕੁੱਟ ਬਹੁਤ ਪੈਂਦੀ। ਕਿਹੜੀ ਗੱਲ ਤਾਂ? ਵੀ ਪੜ੍ਹਨ ਨਹੀਂ ਜਾਂਦੇ, ਪੜ੍ਹ ਭੱਜ ਲਿਆਉਂਦੇ, ਇਸ ਗੱਲ 'ਤੇ ਕੁੱਟ ਪੈਂਦੀ। ਮਾਂ ਪਿਓ ਕੁੱਟਦੇ ਸੀਗੇ। ਜ਼ਿਆਦਾ ਕੁੱਟ ਕਿਹਤੋਂ ਪਈ ਆ, ਮਾਂ ਤੋਂ ਪਈ ਆ ਜਾਂ ਬਾਪੂ ਤੋਂ ਪਈ ਆ? ਬਸ ਥੋੜ੍ਹੀ ਥੋੜ੍ਹੀ ਦੋਨਾਂ ਦੀ ਪੈ ਗਈ, ਵੰਡਵੀਂ ਵੰਡਵੀਂ। ਕੁਛ ਵੱਡਾ ਭਾਈ ਸੀ, ਉਹ ਵੀ ਕੁੱਟ ਦਿੰਦਾ। ਅੱਛਾ, ਹੁਣ ਹੁਣ ਪਤਾ ਕੀ ਆ, ਹੁਣ ਮਾਹੌਲ ਇਹ ਹੋਇਆ ਪਿਆ ਗਾ ਵੀ ਜੇ ਹੁਣ ਮਾਂ ਕੁੱਟਦੀ ਆ ਤਾਂ ਪਿਓ ਬਚਾ ਲੈਂਦਾ, ਜੇ ਪਿਓ ਕੁੱਟਦਾ ਤਾਂ ਮਾਂ ਬਚਾ ਲੈਂਦੀ ਆ। ਉਦੋਂ ਕਿਵੇਂ, ਇਹ ਤਾਂ ਨਹੀਂ ਸੀਗਾ ਵੀ ਹਾਂ ਦੋਨੀ ਰਲ ਕੇ ਕੁੱਟ ਦਿੰਦੇ? ਨਾ, ਰਲ ਕੇ ਤਾਂ ਨਹੀਂ ਕੁੱਟਦੇ ਸੀ, ਬਸ ਉਹ ਸੀਗਾ ਏ, ਕੁੱਟਦੇ ਕੁੱਟਦੇ ਜ਼ਰੂਰ ਸੀਗੇ, ਬਸ ਜਦੋਂ ਆਉਂਦੀ ਵੀ ਮਾਲ ਛੱਡਣਾ। ਹੁਣ ਤਾਂ ਵਿਹਲਿਆਂ ਉਰੇ, ਜਿਵੇਂ ਪਹਿਲਾਂ ਦੱਸ ਕੇ ਲੰਬਰਦਾਰ ਵੀ ਉਰੇ ਬੈਠੇ ਹਾਂ, ਹੁਣ ਤਾਂ ਬਹਿ ਜਾਂਦੇ ਹਾਂ। ਉਦੋਂ ਬੈਠਣੇ ਦਿੰਦੇ ਤੇ ਆ ਜਾ, ਮੈਂ ਸਨੀਰੇ ਪਾ ਦੇ ਲੈ ਜਾ, ਟੋਬੇ 'ਚ ਲੈ ਜਾ, ਉਹਨਾਂ ਟੋਬੇ 'ਚ ਮੈਂ ਸਜਾਂਦੀਆਂ ਘਰੇ ਨੇ। ਕਿੰਨਾ ਟਾਈਮ ਹੋ ਗਿਆ ਹੁਣ ਮੈਂ ਟੋਬੇ 'ਚ ਛੱਡੀਆਂ ਨੂੰ? ਟੋਬੇ ਛੱਡੀਆਂ ਤਾਂ ਘੱਟੋ ਘੱਟ ਤਾਂ ਹੁਣ 20-25 ਸਾਲ ਹੋ ਗਏ, ਮੈਨੂੰ ਤਾਂ ਲੱਗੇ ਇਹਨੂੰ 25 ਸਾਲ ਹੋ ਗਏ। ਵਿੱਚ ਕੋਈ ਟਾਮਾ ਲੈ ਵੀ ਜਾਂਦਾ, ਟੋਬੇ 'ਚ ਪਾਣੀ ਗਲੇ ਪਏ ਨੇ, ਇਹ ਨਹੀਂ ਪਾਣੀ ਨਹੀਂ ਹੈਗਾ। ਜੇ ਕਿਤੇ ਹੈਗਾ ਮਾੜਾ ਮੋਟਾ ਤਾਂ ਕੋਈ ਲਿਜਾਂਦਾ ਹੋਊ ਟਾਮਾ। ਸਾਡਾ ਹੁਣ ਸਰਪੰਚ ਨੇ ਇੱਕ ਟੋਬਾ ਠੀਕ ਕਰਿਆ ਪਿਛਲੇ ਵਾਰ, ਮਤਲਬ ਦੇਖਿਆ ਸੀ, ਬਹੁਤ ਵਧੀਆ ਉਪਰਾਲਾ ਕੀਤਾ ਹੋਇਆ। ਹਾਂ, ਉਹਦੇ 'ਚ ਕੋਈ ਲੈ ਜਾਂਦੇ ਨੇ? ਉਹਦੇ 'ਚ ਮੈਂ ਤਾਂ ਲੈ ਕੇ ਨਹੀਂ ਗਿਆ ਜੀ, ਤੁਹਾਨੂੰ ਦੱਸਾਂ ਵੀ ਲੈ ਜਾਂਦੇ ਨੇ ਗੁੱਟਾਂ ਵੀ, ਬਾਹਲੀਆਂ ਹਜੇ ਹੁਣ ਵੀ ਨਹੀਂ ਜਾਣ ਲੱਗੀਆਂ। ਪਹਿਲਾਂ ਖਾਣ ਪਾਣ ਕਿਹੋ ਜਿਹਾ ਹੁੰਦਾ ਸੀਗਾ, ਕਿਉਂਕਿ ਜਿਹੜਾ ਪਸ਼ੂ ਹੈਗਾ ਉਹ ਵੀ ਮਾਹੌਲ ਭਾਲਦਾ ਆਪਦਾ ਆਪਦੇ ਤਰੀਕੇ ਦਾ। ਟੋਬਿਆਂ ਦੇ ਵਿੱਚ ਲੈ ਕੇ ਜਾਂਦੇ ਸੀ, ਆਜ਼ਾਦ ਹੁੰਦੀਆਂ ਸੀਗੀਆਂ, ਨਹਾਉਂਦੀਆਂ ਕਰਦੀਆਂ ਸੀਗੀਆਂ, ਪਸ਼ੂ ਨਹਾਉਂਦਾ ਕਰਦਾ ਸੀ ਜਿਵੇਂ, ਅਤੇ ਉਸ ਤਰੀਕੇ ਨਾਲ ਦੁੱਧ 'ਤੇ ਕੋਈ ਫਰਕ ਪੈਂਦਾ ਸੀ? ਦੁੱਧ 'ਤੇ ਤੌੜੀ ਵਾਲਾ ਦੁੱਧ ਹੁੰਦਾ, ਬੇਬੇ ਸ਼ੱਕਰ ਪਾ ਦਿੰਦੀ ਪੀ ਲਾ ਦੇ, ਅਤੇ ਹੁਣ ਤਾਂ ਦੁੱਧ ਹੀ ਨਹੀਂ ਹੈਗਾ ਉਹ ਜਿਹੋ ਜਿਹਾ ਕੌ ਤੌੜੀ ਜਿਹਾ ਦੁੱਧ ਪਿਆਈਏ ਵੀ ਦੁੱਧ ਬਹੁਤ ਵਧੀਆ ਬਣ ਜਾਂਦਾ, ਕਾੜ ਕਾੜ ਬਣ ਜਾਂਦਾ, ਵਿੱਚ ਸ਼ੱਕਰ ਪਾ ਦਿੰਦੇ। ਹੁਣ ਤਾਂ ਖੰਡ ਕਹਿੰਦੇ ਨੇ, ਖੰਡ ਪਾਓ, ਸ਼ੱਕਰ ਪਾ ਦਿੰਦੇ, ਗੁੜ ਪਾ ਦਿੰਦੇ, ਵਧੀਆ ਤੀ ਆ, ਥੋੜ੍ਹਾ ਜਿਹਾ ਘਿਓ ਪਾ ਦਿੰਦੇ ਆਥਣੇ, ਸ਼ੱਕਰ 'ਚ ਘਿਓ ਪਾ ਦਿੰਦੇ ਆਥਣੇ ਕਣਕਾਂ ਵੇਲੇ, ਜਦੋਂ ਵੱਡਿਆਂ ਨੂੰ ਮਿਲ ਜਾਂਦਾ ਸਾਨੂੰ ਮਿਲ ਜਾਂਦਾ, ਚਾਹ ਹੁੰਦਾ ਵੀ ਹੁਣ ਕਣਕ ਆਊਗੀ, ਨਰਮਾ ਚੁੱਕਣ ਜਾਣਗੇ, ਉਦੋਂ ਐਂ ਹੁੰਦਾ। ਅਤੇ ਬੱਕਰੀਆਂ ਖਾ ਲੈਂਦੇ, ਮੈਂ ਸਾਨੂੰ ਬੱਕਰੀਆਂ ਪਾਉਂਦੇ, ਹੁਣ ਬੱਕਰੀਆਂ ਨਹੀਂ ਹੈਗੀਆਂ ਅੱਜ ਦੇ ਯੁੱਗ ਨੂੰ, ਬੱਕਰੀਆਂ ਨਹੀਂ ਪਤਾ। ਹੁਣ ਮੇਰਾ ਮੁੰਡਾ 35 ਸਾਲ, ਉਹਨੂੰ ਬੱਕਰੀਆਂ ਨਹੀਂ ਪਤਾ ਕਿਵੇਂ ਕੁੱਟੀਆਂ ਸੀਗੀਆਂ, ਅਲੋਪ ਹੋ ਗਈਆਂ ਚੀਜ਼ਾਂ ਦਾ, ਅਲੋਪ ਹੋ ਗਈਆਂ ਸਾਰੀਆਂ ਚੀਜ਼ਾਂ। ਜਿਵੇਂ ਹੁਣ ਬਜ਼ੁਰਗਾਂ, ਅਸੀਂ ਬਜ਼ੁਰਗਾਂ ਨਾਲ ਮਿਲਦੇ ਕਰਦੇ ਹਾਂਗੇ, ਬਜ਼ੁਰਗ ਸਾਨੂੰ ਆਪਣੇ ਸਮੇਂ ਦੀਆਂ ਗੱਲਾਂ ਦੱਸਦੇ ਨੇ, ਤੁਸੀਂ ਆਪਣੇ ਸਮੇਂ ਦੀਆਂ ਗੱਲਾਂ ਦੱਸੀ ਜਾਂਦੇ ਹੋ, ਇਹ ਤਾਂ ਖਤਮ ਹੋ ਜੂਗਾ ਇਸ ਹਿਸਾਬ ਨਾਲ? ਖਤਮ ਤਾਂ ਹੋਈਆਂ ਪਈਆਂ ਨੇ, ਖਤਮ ਹੋ ਗਈ ਜੇ, ਖਤਮ ਤਾਂ ਹੋਈਆਂ ਪਈਆਂ ਨੇ। ਜਿਵੇਂ ਪਹਿਲਾਂ ਲੰਬਰਦਾਰ ਨੇ ਸਾਨੂੰ ਦੱਸਿਆ ਵੀ ਲੱਡੂ ਜਲੇਬੀਆਂ ਹੁੰਦੀਆਂ, ਹੁਣ ਉਹਦੇ 'ਚ ਮੁੜਿਆ ਨੇ ਕੈਮੀਕਲ ਹੈ। ਹੁਣ ਤੁਸੀਂ ਮਠਿਆਈ ਲਿਆਓ, ਕਹਿੰਦੇ ਰਸੀਏ ਤੋਂ ਲਿਆਓ, ਜਾਖਲ ਤੋਂ ਲਿਆਓ, ਟਹਾਣੇ ਤੋਂ ਲਿਆਓ, ਉਦੇ ਤਾਂ ਚੱਲ ਜਾਂਦੀ ਆ, ਦੂਜੇ ਦਿਨ ਖਰਾਬ ਹੈ। ਉਹ ਆਪਦੇ ਦੀ ਕੜਾਹੀਆਂ ਦੀ ਵਧੀਆ ਚੀਜ਼ ਤੀ, ਖਾ ਵੀ ਪਹਿਲੇ ਦਿਨ ਲੈਂਦੇ ਨੇ, ਫਿਰ ਦੂਜੇ ਦਿਨ ਨਹੀਂ, ਦੂਜੇ ਦਿਨ ਨਹੀਂ। ਪਕੌੜੇ ਹੁੰਦੇ ਦਾਲ ਨੂੰ, ਉਹ ਬਣਾਏ ਜਾਂਦੇ ਤੇਲ 'ਚ, ਬਣਦੇ ਤੇਲ ਦੀ ਚੀਜ਼, ਸਰੋਂ ਦਾ ਤੇਲ ਹੀ ਬੜਾ ਵਧੀਆ। ਹੁਣ ਘਿਓ 'ਚ ਖਬਰ ਆ ਕਾਹਦਾ ਘਿਓ ਬਣਿਆ ਕਾਹਦਾ ਨਾ। ਅਸੀਂ ਸੁਣਦੇ ਹਾਂ ਪਹਿਲਾਂ ਵਾਲਾ ਜਿਹੜਾ ਤੇਲ ਸੀ ਸਰੋਂ ਦਾ, ਅੱਜ ਦੇ ਉਹ ਘਿਓ ਦੇ ਬਰਾਬਰ ਸੀਗਾ। ਘਿਓ ਜਿਵੇਂ ਪੀਂਦੇ ਨੇ ਗੇ, ਖਾਂਦੇ ਨੇ ਗੇ, ਪਹਿਲਾਂ ਤੇਲ ਖਾਂਦੇ ਪੀਂਦੇ ਹੁੰਦੇ ਸੀ, ਪੀਂਦੇ ਸੀ ਤੇਲ ਖਾ, ਸਾਡੇ ਪਿੰਡ ਦੇ ਬਹੁਤ ਪੀਂਦੇ ਸੀ ਤੇਲ, ਬਜ਼ੁਰਗ ਬਹੁਤ ਪੀਂਦੇ ਸੀ, ਸੁਣਦੇ ਸੀ। ਸਾਡੇ ਲਾੜੇ ਦਾ ਬੰਦਾ ਇੱਕ ਪੀਂਦਾ ਸੀ, ਤੇਲ ਹੀ ਪੀ ਜਾਂਦਾ, ਕੋਈ ਫੋੜਾ ਫੁੰਸੀ ਉਹਦੇ ਕਦੀ ਨਹੀਂ ਹੋਈ, ਬਹੁਤ ਵਧੀਆ ਉਮਰ ਹੰਢਾ ਕੇ ਗਿਆ, ਵਧੀਆ। ਕੋਈ ਫੁੰਸੀ ਨਹੀਂ ਉਹਦੇ ਕਦੇ ਹੋਈ, ਫੋੜਾ ਫੁੰਸੀ ਕਦੇ ਨਹੀਂ ਹੋਏ, ਉਹਦੇ ਅੱਖ ਨਹੀਂ ਦੁਖੀ, ਹੋਰ ਨਹੀਂ ਲੈਣਾ ਦੇਣੇ, ਬਹੁਤ ਵਧੀਆ ਰਿਹਾ। ਤੇਲ ਹੀ ਪੀ ਜਾਂਦੇ ਤੇ ਐਂ ਪੀ ਜਾਂਦਾ ਸੀ, ਘਿਓ ਵੀ ਪੀ ਜਾਂਦੇ, ਤੇਲ ਵੀ ਪੀ ਜਾਂਦੇ ਸੀਗੇ, ਐਂ ਗੱਲਾਂ ਸੀਗੀਆਂ। ਹੁਣ ਲੱਗਦਾ ਇਹ ਗੱਲ ਵੀ ਨਾ ਉਹ ਸਰੀਰ ਰਹੇ ਨੇ ਗੇ, ਨਾ ਉਹ ਖੁਰਾਕਾਂ ਰਹੀਆਂ ਨੇ ਹੈਗਾ। ਹੁਣ ਲੱਗਦਾ ਤਾਂ ਹੈਗਾ, ਹੁਣ ਘਰੇ ਕਿਹਾ ਵੀ ਤੜਕਾ ਫੜਕਾ ਲਾਇਆ ਕਰੋ, ਤੇਲ ਦੀ ਤੜਕਾ ਲੱਗਦਾ। ਪਹਿਲਾਂ ਖੇਡਾਂ ਹੁੰਦੀਆਂ ਸੀਗੀਆਂ, ਕਬੱਡੀ,
ਖੇਡੀ ਜਾਂਦੇ ਉਹ ਰੋਡਾਂ ਦੇ ਉੱਤੇ, ਹੁਣ ਕਹਿੰਦੇ ਕਬੱਡੀ ਵੀ ਕਰੋੜਾਂ ਦੀ ਹੋ ਗਈ, ਘੋਲ ਹੁੰਦੇ ਸੀਗੇ, ਉਹ ਇਹ ਚੀਜ਼ਾਂ ਹੈਗੀਆਂ ਸੀਗੀਆਂ ਹੁਣ, ਮਤਲਬ ਵੀ ਤੁਸੀਂ ਦੇਖੀਆਂ ਨੇਗੀਆਂ? ਨਾ ਮੈਂ ਕਬੱਡੀ ਦੇਖੀ, ਹੁਣ ਘੋਲ ਤਾਂ ਪਹਿਲਾਂ ਮੇਰੇ ਬਾਪੂ ਜੀ ਘੁਲਦੇ ਹੁੰਦੇ, ਬਜ਼ੁਰਗ ਸੀ, ਘੁਲਦੇ ਹੁੰਦੇ, ਬਹੁਤ ਵਧੀਆ ਘੁਲਦੇ ਸੀ, ਮੈਂ ਤਾਂ ਉਹ ਵੀ ਦੇਖੇ ਹੁੰਦਾ ਤੇ ਉਹ ਘੋਲ ਬਸ ਤਾਂ ਵੀ ਦੇਖੇ ਦੀ ਉਂਝ ਹੈਗੇ ਦੀ, ਘੋਲ ਵੀ ਗਏ, ਕਬੱਡੀਆਂ ਤਾਂ ਹੁਣ ਦੇਖ ਲੈਣ, ਕਬੱਡੀਆਂ ਚੱਲਦੀਆਂ ਨੇ, ਉਈਆਂ ਜਿਹਾ ਹੈ ਹੀ ਨਾ, ਹੁਣ ਮਿਲ ਕੇ ਇਹੋ ਜਿਹਾ ਨੇ, ਸਾਨੂੰ ਛੱਡ ਦਿਓ ਵੀ ਅਸੀਂ ਹਿਸਾਬ ਲਾਉਣਾ ਵੀ ਇਹ ਕਬੱਡੀ 'ਚ ਇਹ ਤਾਕੜੇ, ਉਹ ਕਹਿੰਦੇ ਸਾਨੂੰ ਛੱਡ ਦਿਓ, ਉਹ ਉਹਨਾਂ ਨੂੰ ਆਈ ਨਾਮ ਮਿਲ ਜਾਂਦਾ ਖੇਡ ਬਿਨਾਂ ਖੇਡ ਤੁਸੀਂ। ਖੁਰਾਕਾਂ ਕਿਹੋ ਜਿਹੀਆਂ ਹੁੰਦੀਆਂ ਸੀਗੀਆਂ, ਮਤਲਬ ਵੀ ਜਿਵੇਂ ਕਹਿ ਲਈਏ ਪਹਿਲਾਂ ਆਪਾਂ ਗੱਲ ਕਰਕੇ ਹਟੇ ਹਾਂਗੇ, ਗੁੜ ਕਹਿੰਦੇ ਗੁੜ ਦੇ ਕੜਾਹ ਹੁੰਦੇ ਸੀ, ਇੱਕ ਇੱਕ ਡਲਾ ਗੁੜ ਦਾ ਖਾ ਜਾਂਦੇ ਸੀ, ਹੁਣ ਡਲੀ ਨਹੀਂ ਖਾਧੀ ਜਾਂਦੀ, ਖਾਧੀ ਜਾਂਦੀ, ਤੱਤਾ ਗੁੜ ਖਾਂਦੇ ਕਲਾੜੀਆਂ ਤੇ, ਕਲਾੜੀਆਂ ਹੁੰਦੀਆਂ, ਬਲਦ ਲੈ ਕੇ ਜਾਂਦੇ, ਚਾਹ ਹੁੰਦਾ ਸਾਨੂੰ ਨਾਲ ਜਾਂਦੇ, ਅਸੀਂ ਤਾਂ ਛੋਟੇ ਹੁੰਦੇ ਸੀ ਨਾ, ਨਾਲ ਜਾਂਦੇ, ਤੱਤਾ ਗੁੜ ਖਾਂਦੇ, ਗੁੜੀ ਖਾਈ ਜਾਂਦੇ, ਕੋਈ ਤਕਲੀਫ ਨਹੀਂ ਸੀ ਹੁੰਦੀ, ਤੇ ਹੁਣ ਤਾਂ ਗੁੜ ਖਾ ਕੇ ਜਿਵੇਂ ਤੁਸੀਂ ਡਲੀ, ਇੱਕ ਡਲੀ ਵੀ ਨਹੀਂ ਖਾ ਸਕਦਾ, ਹੁਣ ਤਾਂ ਪਤਾ ਹੀ ਨਹੀਂ ਗੁੜ ਦਾ, ਗੁੜੀ ਗੁੜ ਵੀ ਨਹੀਂ ਵਧੀਆ ਹੈਗੇ, ਚਾਹ ਕਰ ਲਓ ਚਾਹ ਨਹੀਂ ਬਣਦੀ, ਉਹ ਤਾਂ ਚਾਹ ਵਧੀਆ ਬਣਦੀ, ਹੁਣ ਤਾਂ ਚਾਹ ਪਾਟੀ ਜਾਣੀ ਹੈ। ਤੇ ਵਿਆਹ ਕਿੰਨੀ ਟਾਈਮ ਦੀ ਉਮਰ 'ਚ ਹੋ ਗਿਆ ਸੀ ਤੁਹਾਡਾ? ਵਿਆਹ ਮੇਰਾ 80 'ਚ ਹੋ ਗਿਆ ਸੀ, 80 'ਚ, ਸਨ 80 'ਚ, ਸਨ 1980 'ਚ। ਅੱਛਾ, ਕਾਹਦੇ ਗਏ ਸੀਗੇ? ਆਹ ਗੱਡੀ ਹੈਗੀਆਂ ਤੀ, ਜੀਪਾਂ ਹੋ ਗਈਆਂ ਤੀ ਉੱਦਾਂ ਵੱਡੀਆਂ, ਆਹ ਹੋ ਗਈਆਂ ਤੀ ਛੋਟੀਆਂ ਛੋਟੀਆਂ, ਜੀ ਹੈ ਤਾਂ ਜੀਪਾਂ ਹੀ ਤੀ ਉਦੋਂ, ਆਹ ਦੂਜੀਆਂ ਚਿੱਟੀਆਂ ਹੀ ਆ ਗਈਆਂ ਤੀਗੀਆਂ। ਗੱਡਿਆਂ ਵਾਲਾ ਮਾਹੌਲ ਦੇਖਿਆ ਤੁਸੀਂ ਜਦੋਂ ਗੱਡੇ ਦੇਖੇ? ਗੱਡਿਆਂ ਵਾਲਾ, ਗੱਡਿਆਂ ਵਾਲਾ ਜੰਨ ਝੁੰਡ ਨਹੀਂ ਜਾਂਦੀ ਦੇਖੀ, ਉਹ ਗੱਡੇ ਦੇਖੇ ਨੇ ਵੀ, ਪਹੀਆਂ ਵਾਲੇ ਗੱਡੇ, ਲੱਕੜ ਦੇ ਪਹੀਏ ਹੁੰਦੇ, ਸਾਡੇ ਆਪਦੇ ਵੀ ਹੁੰਦਾ, ਹੋਰ ਵੀ ਦੇਖੇ ਡੀਰਾਂ ਨੂੰ ਲਿਆਉਂਦੇ ਉੱਤੇ, ਜਾਂ ਮਤਲਬ ਵੀ ਜਦੋਂ ਕਿਤੇ, ਹੁਣ ਜਿਵੇਂ ਆਪਾਂ ਕਹਿੰਦੇ ਵੀ ਮਾਮੇ ਦੇ ਵੀ ਵਿਆਹ ਜਾਂਦੇ ਹਾਂ, ਉਦੋਂ ਗੱਡਿਆਂ 'ਤੇ ਜਾਂਦੇ, ਗੱਡਿਆਂ 'ਤੇ, ਗੱਡੀ ਸੀ ਬਸ, ਉਦੋਂ ਗੱਡਿਆਂ 'ਤੇ ਜਾਂਦੇ, ਦੋ ਬਲਦ ਹੁੰਦੇ ਅਤੇ ਗੱਡਿਆਂ 'ਤੇ ਜਾਂਦੇ, ਅਤੇ ਜਾਂ ਸਾਈਕਲਾਂ 'ਤੇ ਜਾਂਦੇ, ਉਦੋਂ ਇੰਨੀ ਕੋਈ ਉਹ ਹੈ ਨਹੀਂ ਸੀਗੀ, ਸਾਈਕਲ ਵੀ ਟਾਵੇਂ ਟਾਵੇਂ ਘਰਦੇ ਨਹੀਂ ਹੁੰਦੇ, ਸਾਈਕਲ ਵੀ ਟਾਵੇਂ ਹੁੰਦੇ, ਪਰ ਜੇ ਦੂਜਾ ਪਾਸਾ ਦੇਖੀਏ ਤਾਂ ਸਾਈਕਲ ਅੱਜ ਵੀ ਟਾਵੇਂ ਟਾਵੇਂ ਘਰਦੇ ਰਹਿ ਗਏ। ਅੱਜ ਤਾਂ ਇੱਕ ਹੈਗੇ ਨੇ ਸਾਈਕਲ, ਤਾਂ ਟਾਵੇਂ ਟਾਵੇਂ ਰਹਿ ਗਏ, ਮੋਟਰਸਾਈਕਲ ਆ ਗਏ, ਮੋਟਰਸਾਈਕਲ ਆ ਗਏ, ਤੇਲ ਮੱਚਣ ਲੱਗ ਗਿਆ, ਉਦੋਂ ਤੇਲ ਨਹੀਂ ਮੱਚਦਾ ਸੀਗਾ, ਤੇਲ ਨਹੀਂ ਮੱਚਦਾ ਸੀਗਾ, ਹੁਣ ਜਿਵੇਂ ਫੌਜੀ ਸਾਹਿਬ ਨੇ ਦੱਸਿਆ ਵੀ ਮੇਰੇ ਨਾਨਕੇ ਦੇ ਘਰਾਂਗਣੇ ਮੈਂ ਸਾਈਕਲ 'ਤੇ ਵਗ ਜਾਂਦਾ, ਦੱਸਦੇ ਨਹੀਂ ਸੀਗਾ, ਦੱਸਦੇ ਨਹੀਂ ਸੀਗਾ, ਸਾਈਕਲ 'ਤੇ ਵਗ ਜਾਂਦੇ, ਕੈਂਚੀ 'ਤੇ ਸਾਈਕਲ ਸਿੱਖੇ, ਹੁਣ ਕੈਂਚੀ ਜਵਾਕਾਂ ਨੂੰ ਕੈਂਚੀ ਦੀ ਨਹੀਂ ਪਤਾ, ਕਿਵੇਂ ਸਿੱਧਾ ਛੋਟਾ ਸਾਈਕਲ ਲਿਆਦੇ ਨੇ, ਉਹ ਤੋਂ ਚੜ ਜਾਂਦੇ, ਫਿਰ ਵੱਡੇ ਚੜਨ ਲੱਗ ਜਾਂਦੇ ਨੇ, ਹੁਣ ਨਹੀਂ, ਹੁਣ ਤਾਂ ਮੋਟਰਸਾਈਕਲਾਂ ਸਿੱਧੇ ਨਹੀਂ, ਉਹ ਗੱਲ ਸਿਰ ਜੇ ਛੋਟਾ ਦੇਵੇ, ਸਾਡੇ ਮੇਰਾ ਪੁੱਤ ਹੈਗਾ, ਉਹ ਪਹਿਲਾਂ ਸੂਟਾ ਲਿਆ ਕੇ ਦਿੱਤਾ, ਫਿਰ ਵੱਡਾ ਲਿਆ ਕੇ, ਹੁਣ ਉਦੋਂ ਵੱਡਾ ਲਿਆ ਕੇ ਦਿੱਤਾ, ਵੀ ਮੈਨੂੰ ਲਿਆ ਕੇ ਦਿਓ, ਸਾਈਕਲ ਤਾਂ ਹੈਗੇ, ਖੈਰ ਟਾਵੇਂ ਹੈਗੇ ਨੇ ਸਾਈਕਲ, ਹਾਂ ਉਹ ਤਾਂ ਮੋਟਰ, ਉਹ ਤਾਂ ਸਕੂਟਰੀ ਕਹਿੰਦੇ, ਸਕੂਟਰੀ ਲਿਆ ਦੇ, ਉਹ ਬਿਨਾਂ ਤੇਲ ਜਿਹੜੀ ਐਂ ਚੱਲਦੇ ਨੇ। ਸਾਈਕਲਾਂ ਵਾਲੀਆਂ ਸਿਹਤਾਂ ਸੀ ਜਿਹੜੀਆਂ ਮੋਟਰਸਾਈਕਲਾਂ ਦੇ ਮੁਕਾਬਲੇ ਕਿਵੇਂ ਸੀ? ਬਹੁਤ ਵਧੀਆ ਸੀ, ਉਹ ਤਾਂ ਮੋਟਰਸਾਈਕਲ, ਮੋਟਰਸਾਈਕਲ ਦੀ ਜਿੱਥੇ ਦੀ ਸ਼ਾਇ, ਸਾਈਕਲ ਦਾ, ਸਾਈਕਲ ਦਾ ਬਾਹਲਾ ਵਧੀਆ, ਬਾਈਸਾਈਕਲ ਕਹਿ ਦਿੰਦੇ ਉਹਨੂੰ, ਬਾਈਸਾਈਕਲ ਕਹਿ ਦੇ, ਉਦੋਂ ਬਹੁਤ ਵਧੀਆ ਚੀਜ਼ ਤੀ, ਜਦੋਂ ਮਰਜ਼ੀ ਲੈ ਜਾ, ਕਿਤੇ ਮਰਜ਼ੀ ਲੈ ਜਾ, ਕੋਈ ਫੜਦੇ ਨਹੀਂ ਸੀ, ਇਹਦਾ ਤਾਂ ਇੱਥੇ ਪੁਲਿਸ ਖੜੀ, ਸਾਡੇ ਆਪਣੇ ਚਲਾਣ ਕੱਟ ਦੇਣਗੇ। ਹੁਣ ਨਾਲੇ ਐਕਸਰਸਾਈਜ਼ ਹੁੰਦੀ ਸੀ? ਐਕਸਰਸਾਈਜ਼ ਤਾਂ ਬੜੀ ਹੁੰਦੀ, ਬਹੁਤ ਹੁੰਦੀ ਸੀ, ਨਾ ਬਲੱਡ ਪ੍ਰੈਸ਼ਰ ਵੱਧਦਾ ਤੇ ਕੁਛ ਨਹੀਂ, ਠੀਕ ਸੀ, ਬਹੁਤ ਚੰਗੀ ਚੀਜ਼ ਤੀ ਉਹਦਾ, ਹੁਣ ਉਹਨਾਂ ਦੇ ਚੜ੍ਹਦੇ ਨਹੀਂ ਹੈਗੇ, ਹਾਂ ਚੜ੍ਹਦੇ ਹੀ ਨਹੀਂ ਹੁਣ ਕੋਈ, ਤਾਂ ਬੱਚੇ ਵੀ ਕਹਿੰਦੇ ਸਕੂਟਰੀ ਦਿਓ ਛੇਤੀ, ਉਹਦੇ ਜਾਈਏ, ਤੂੜੀਆਂ 'ਚ ਡਿੱਗੇ ਪਏ ਨੇ ਕਈਆਂ, ਤੂੜੀਆਂ 'ਚ ਕਵਾਓ ਤਾਂ ਤੂੜੀਆਂ 'ਚ ਵੀ ਗਏ, ਕਬਾੜ 'ਚ, ਕਬਾੜ 'ਚ ਵੱਗ ਗਏ, ਉਹਦਾ ਤੂੜੀਆਂ 'ਚ ਤਾਂ ਹੁਣ ਟਾਵਾਂ ਭਵੇਂ ਹੋਵੇ ਕਿਤੇ ਹੈ ਹੀ ਨਹੀਂ। ਵਿਆਹ ਸ਼ਾਦੀ ਕਿਵੇਂ ਹੁੰਦੇ ਸੀਗੇ? ਵਿਆਹ ਸ਼ਾਦੀ ਜਿਵੇਂ ਅੱਜ ਦੇ ਟਾਈਮ ਦੇ ਵਿੱਚ 10 ਲੱਖ ਰੁਪਇਆ ਲਾ ਕੇ ਜਾਂ 20 ਲੱਖ ਰੁਪਇਆ ਲਾ ਕੇ ਵੀ ਕਹਿ ਦਿੰਦੇ ਨਾ ਬਣੀ ਨਹੀਂ ਗੱਲ, ਉਦੋਂ ਕਿੰਨੇ ਪੈਸਿਆਂ 'ਚ ਗੱਲ ਬਣ ਜਾਂਦੀ ਸੀ? ਬਣ ਤਾਂ ਕਿਹੜੀ, ਮੇਰੇ ਵਿਆਹ ਦਾ ਪਤਾ ਹੀ ਲੱਗਾ ਕਿੰਨੇ ਕੁ ਪੈਸੇ ਲੱਗੇ, ਥੋੜ੍ਹੇ ਜਿਹੇ ਲੱਗੇ ਤੀ 80 'ਚ, 80 ਦੇਖ ਲਓ ਕਿੰਨੇ ਸਾਲ ਹੋ ਗਿਆ, 80 'ਚ 40-42 44 ਸਾਲ ਹੋ ਗਏ, ਕੋਈ ਪਤਾ ਹੀ ਨਹੀਂ ਲੱਗਿਆ ਵੀ ਕਿੰਨਾ ਕੁ ਨਿਉਂਦੇ ਨਾਲ, ਜਿਵੇਂ ਪਹਿਲਾਂ ਤੁਸੀਂ ਨਿਉਂਦੇ ਦੀ ਗੱਲ ਕਰਦੇ ਸੀ, 5-7 ਹਜ਼ਾਰ ਨਿਉਂਦਾ ਪਿਆ ਤੀ, ਉਸ ਨੇ ਵਿਆਹ ਹੋ ਗਿਆ ਤੀ, ਨਿਉਂਦੇ ਨਾਲ ਹੀ ਵਿਆਹ, ਨਿਉਂਦੇ ਨਾਲ, ਹੋਰ ਕੀ ਆ, ਸਿਉਣਾ ਤਾਂ ਆਮ ਬੁੜੀਆਂ ਰੱਖ ਲੈਂਦੀਆਂ ਘਰੇ, ਜਿਵੇਂ ਪਾਈਆ, ਜਿਵੇਂ ਸੰਗੀ ਫੁੱਲ ਕਹਿੰਦਾ ਤੀ ਜਿਹੜੇ ਨੂੰਹ ਨੂੰ ਪਾਏ ਮੇਰੀ ਮਾਂ ਨੇ, ਮਤਲਬ ਥੋੜ੍ਹਾ ਘਰ ਹੀ ਹੁੰਦਾ ਬਸ, ਹੋਰ ਇੰਨਾ ਕਿੰਨਾ ਕੁ ਹੁੰਦਾ ਜ਼ਿਮੀਦਾਰਾਂ ਕੋਲੇ।
ਥੋੜਾ ਜਿਹਾ ਹੈਗਾ, ਚੱਲ ਪਾ ਤਾਂ ਹੋ ਗਿਆ। ਅੱਛਾ ਬੇਬੇ ਨੂੰ ਫਿਰ ਲੈ ਕੇ ਗਏ ਕਿਤੇ ਕਮਾਉਣ? ਕਮਾਉਣ ਤਾਂ ਕਿਤੇ ਨੀ ਲੈ ਕੇ ਗਏ, ਚਾਹ ਨੀ ਸੀਗਾ ਕਰ ਲੱਗਿਆ, ਨਹੀਂ ਚਾਹ ਨੀ ਸੀਗਾ, ਚਾਹ ਤਾਂ ਹੈਗਾ ਦੀ ਜੋ ਅਫਸਰੀ ਲੱਗੇ ਲੈ ਕੇ ਕਿੱਥੇ ਜਾਈਏ, ਜ਼ਰੂਰੀ ਥੋੜਾ ਵੀ ਅਫਸਰੀ ਲੈ ਕੇ ਜਾਓ, ਜਿਹਨੂੰ ਫੌਜੀ ਸਾਹਿਬ ਨਹੀਂ ਲੈ ਕੇ ਗਿਆ ਮੈਂ ਕਿਤੇ ਲੈ ਜੂ। ਫੌਜੀ ਸਾਹਿਬ ਅਫਸਰ ਸੀਗੇ, ਫੌਜੀ ਸਾਹਿਬ ਕਹਿੰਦੇ ਵੀ ਭਾਈ ਮੈਂ ਡਿਊਟੀ 'ਚ ਸੀ। ਆ ਡਿਊਟੀ ਵਿੱਚ ਡਿਊਟੀ ਉਹਦੇ ਫਿਰ ਲਿਜਾ ਸਕਦੇ ਜੀ, ਤਾਂ ਵੀ ਚਲੋ ਛੁੱਟੀਆਂ 'ਚ ਲੈ ਚੱਲ, ਤੁਸੀਂ ਤਾਂ ਘਰੇ ਸੀ, ਮੈਂ ਤਾਂ ਘਰੇ ਦੀ ਕਿੱਥੇ ਲਿਜਾ, ਮਾਨਸਾ ਵਗ ਜਾਂਦੇ ਆ ਜਿਹੜਾ ਲਵੇ ਸ਼ਹਿਰ ਹੈਗਾ। ਚਾਹ ਅੱਛਾ ਹੁਣ ਮੈਂਬਰ ਵੀ ਨੋ, ਨਾ ਹੁਣ ਮੌਕੇ ਨਹੀਂ ਹੈਗੇ, ਪਹਿਲਾਂ ਕਰੀਏ। 10 ਸਾਲ ਕਿੰਨਾ ਟਾਈਮ? 10 ਸਾਲ। ਕੋਈ ਜਿਵੇਂ ਹੁਣ ਅੱਜ ਕੱਲ ਦੇ ਨੌਜਵਾਨ ਨੇਗੇ ਐਨੀਵਰਸਰੀ ਮਨਾਉਂਦੇ ਨੇਗੇ, ਤੁਸੀਂ ਮਨਾਉਣੇ ਹੋ ਕਿਵੇਂ ਐਨੀਵਰਸਰੀ? ਸਾਲਗਰਾ? ਹਾਂ, ਮਨਾਉਂਦੇ ਰਹੇ ਆ, ਪਹਿਲਾਂ ਮਨਾਉਂਦੇ ਰਹੇ, ਹੁਣ ਕਿਹੜੇ, ਹੁਣ ਤਾਂ 60 ਸਾਲ ਤੋਂ ਤਾਂ ਹੋ ਗਏ। ਹੁਣ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਦਿਨ ਵਿਆਹ ਹੁੰਦਾ ਗਾ, ਉਸੇ ਦਿਨ ਮੈਂ ਸਮਝ ਗਿਆ ਵੀ ਹੁਣ ਕੋਈ ਨਹੀਂ ਹੈ, ਪਹਿਲਾਂ ਮਨਾਉਂਦੇ ਰਹੇ, ਹੁਣ ਨਹੀਂ, ਹੁਣ ਕਿਹੜਾ ਹੋਇਆ? ਤੁਸੀਂ ਮਨਾਉਂਦੇ ਰਹੇ? ਹਾਂ। ਕੀ ਗਿਫਟ ਦਿੰਦੇ ਫਿਰ? ਗਿਫਟ ਤਾਂ ਦੀ, ਗਿਫਟ ਤਾਂ ਜਿਹੜੀ ਜੀ 100 ਰੁਪਇਆ ਦੇ ਦਿੰਦੇ, ਹੋਰ ਕੀ, 100 ਰੁਪਏ ਹੁਣ ਵੀ 100 ਦਿੰਦੇ ਆ, ਜਿਹੜੇ ਜਨਮ ਦਿਨ ਹੁੰਦਾ ਹੁਣ ਵੀ 100 ਦੇ ਦਿੰਦੇ ਆ। ਜਿਹੜੇ ਦਿਨ ਵਿਆਹ ਹੁੰਦਾ ਉਸ ਦਿਨ ਨਹੀਂ, ਉਹ ਜਨਮ ਦਿਨ ਵਾਲੇ ਵੀ ਦਿਨ ਵੀ ਚੱਲੀ ਜਾਂਦਾ, ਵਿਆਹ ਦੇ ਦਿਨ ਵੀ ਚੱਲੀ ਜਾਂਦਾ। ਅੱਛਾ ਨਹੀਂ, ਅੱਛਾ ਵਿਆਹ ਵਾਲਾ ਵੀ ਇੱਕ ਵਾਰੀ ਜੀ ਦੇਤਾ, ਸਾਰਾ ਕੁਝ ਵਿੱਚ ਹੀ ਚੱਲੀ ਜਾਂਦਾ। 100 ਰੁਪਏ ਚ? 100 ਰੁਪਏ ਜੀ, 100 ਰੁਪਏ ਆ ਜੀ, ਨਹੀਂ ਪਰਚਾਏ ਬੈਠੇ ਸੋਈ ਆ ਬਸ। ਨਹੀਂ ਮੈਂ ਕਹਿ ਰਹੀ ਵੀ ਆਏ ਆ ਜਾਂ ਆਏ ਆ, ਕੋਈ ਉਹ ਨਹੀਂ, ਬਸ ਬਸ ਉਹਦੇ ਟੇਬਲਾ ਜਿਹਾ ਪੂਰਿਆ ਜਾਂਦਾ ਵੀ ਮੇਰਾ ਜਨਮ ਦਿਨ ਆ ਜਾਂ ਕੋਈ ਮੇਰਾ ਵਿਆਹ ਤੇ ਅੱਜ ਆਏ ਆ ਬਸ। ਅੱਛਾ, ਹੋਰ ਕੋਈ ਨਹੀਂ? ਕਮਾਲ ਦੀ ਗੱਲ ਆ, ਪਹਿਲਾ ਬਾਪੂ ਮਿਲਿਆ ਜਿਹੜਾ ਕਹਿੰਦਾ ਵੀ ਸਾਲਗਰਾ ਮਨਾਉਣੇ ਆ, ਮਤਲਬ ਕੁੱਲ ਮਿਲਾ ਕੇ ਲਈ ਗਿਫਟ ਦਿੰਦੇ ਆਗੇ ਜਾਂ 100 ਰੁਪਏ ਦਿੰਦੇ ਆਗੇ, ਕਹਿੰਦੇ ਮਾਣ ਦਾ ਤਾਂ ਕਹਿੰਦੇ ਕਸੂਨੀ ਬਹੁਤ ਹੁੰਦਾ, ਕਸੂਨੀ ਬਹੁਤ ਹੁੰਦਾ ਬਸ। ਕੀ ਕਹਿਣਾ ਚਾਹੁੰਦਾ? ਪਹਿਲਾਂ ਤਾਂ ਮੈਨੂੰ ਇਹ ਗੱਲ ਦੱਸੋ, ਮੈਂ ਬਾਅਦ 'ਚ ਕਰੂੰਗਾ ਅਗਲਾ ਸਵਾਲ, ਜਿਹੜੇ ਰਿਸ਼ਤੇ ਟੁੱਟਦੇ ਨੇ, ਪਹਿਲਾਂ ਕਹਿੰਦੇ ਸੀਗੇ ਬਜ਼ੁਰਗਾਂ ਤੋਂ ਸੁਣਦੇ ਹਾਂ ਅਸੀਂ, ਕਹਿੰਦੇ ਵੀ ਨੌਜਵਾਨ ਮੁੰਡੇ ਕੁੜੀਆਂ ਜਿਹੜਾ ਆਪਦੀ ਮਰਜ਼ੀ ਨਾਲ ਕਰਾਉਂਦੇ ਨੇ ਉਹ ਰਿਸ਼ਤੇ ਜ਼ਿਆਦਾ ਟੁੱਟਦੇ ਨੇ, ਠੀਕ ਆ? ਅਤੇ ਪਰ ਜੇ ਹੁਣ ਦੇਖਦੇ ਹਾਂ ਤਾਂ ਹੁਣ ਦੇ ਟਾਈਮ 'ਤੇ ਜਿਹੜਾ ਮਾਂ ਪਿਓ ਵਿਆਹ ਕਰਦਾ ਗਾ, ਆਪ ਹੱਥੀਂ ਵਿਆਹ ਕਰਦੇ ਨੇਗੇ, ਉਹ ਜ਼ਿਆਦਾ ਟੁੱਟਦੇ ਨੇ, ਇਹਦਾ ਕੀ ਕਾਰਨ ਮੰਨਦੇ ਹੋ? ਇਹਦਾ ਕਾਰਨ ਫਿਰ ਉਹ ਬੱਚਾ ਆਪ ਕਰਾ ਲੈਂਦਾ, ਮਾਂ ਪਿਓ ਤੋਂ ਬਿਹੜਾ ਪੁੱਛੀ ਕਰਾ ਲੈਂਦਾ, ਇਹਨਾਂ ਤੋਂ ਯਾਦ ਦੇਖਦਾ, ਨਾ ਬਾਤ ਦੇਖਦਾ, ਨਾ ਪੁੱਛਦਾ। ਅੱਗੇ ਆਪਾਂ ਬਲਦ ਲੈਂਦੇ, ਪੁੱਛਦੇ ਬਲਦ ਲੈਂਦੇ ਹਾਂ, ਭਾਈ ਬਲਦ ਕਿਹਤੋਂ ਲਈਏ ਫਲਾਣੇ ਦੀ, ਅੱਗੇ ਧੀ ਹੋਵੇ ਲਾਣੇ ਦੀ, ਬਲਦ ਹੋਵੇ ਘਰਾਣੇ ਦਾ, ਇਹ ਪਖਾਣਾ ਹੈ ਮਤਲਬ। ਹੁਣ ਆਪਾਂ ਹੀ ਨਹੀਂ ਪਤਾ ਕਿੱਥੋਂ ਉਹ ਕਰਾ ਲੈਂਦੇ ਬੱਚੇ, ਘਰੇ ਉੱਤੋਂ ਦੀ ਬੱਚੇ ਮਾਂ ਪਿਓ ਦੇ ਉੱਤੋਂ ਦੀ ਹੋ ਕੇ ਕਰਾ ਲੈਂਦੇ, ਉਹ ਰਿਸ਼ਤਾ ਟੁੱਟ ਜਾਂਦਾ, ਸਿਰੇ ਚੜ੍ਹਦਾ ਹੀ ਨਹੀਂ ਹੈਗਾ। ਪਹਿਲਾਂ ਰਿਸ਼ਤੇ ਟੁੱਟਦੇ ਨਹੀਂ ਸੀ, ਪਹਿਲਾਂ ਰਿਸ਼ਤੇਦਾਰ ਕਰਾਉਂਦੇ, ਜਿਵੇਂ ਲੰਬਰਦਾਰ ਨੇ ਦੱਸਿਆ ਵੀ ਸਾਡੇ ਰਿਸ਼ਤੇਦਾਰ ਤੀ ਵੀ ਉਹਦੇ ਦੌਰਾ ਪੈਂਦਾ ਸੀ, ਉਹ ਹੋ ਗਿਆ। ਹੁਣ ਪੁੱਛਦਾ ਕੋਈ ਦੌਰਾ ਪੈਂਦਾ, ਬਸ ਊਂ ਦੇਖ ਆਉਂਦਾ ਮਾੜਾ ਜਿਹਾ, ਹਾਂ ਸੋਹਣੀ ਹੈ ਵੀ ਫਿਰਦੀ ਸੀ ਬਸ, ਅਤੇ ਫਿਰ ਉਹਦਾ ਕੰਮ ਹੋ ਜਾਂਦਾ, ਚਾਲਾ ਪੇ ਲੈ ਜਾਂਦੇ ਨੇ। ਹਾਂ, ਐਂ ਟੁੱਟਦੇ ਨੇ ਰਿਸ਼ਤੇ। ਨਹੀਂ ਪਰ ਹੁਣ ਤਾਂ ਦੂਜਿਆਂ ਜ਼ਿਆਦਾ ਟੁੱਟਦੇ ਨੇ, ਜਿਹੜੇ ਮਾਂ ਪਿਓ ਵਿਆਹ ਕਰਦਾ ਗਾ ਆਪਦੇ ਹੱਥੀਂ ਵਿਆਹ ਕਰਦਾ, ਉਹ ਜ਼ਿਆਦਾ ਟੁੱਟਦੇ ਆ ਹੁਣ? ਨਹੀਂ, ਇੰਨੇ ਉਹ ਨਹੀਂ ਟੁੱਟਦੇ ਜੇ ਮਾਂ ਪਿਓ ਦੇ ਹੋਏ, ਮਾਂ ਆਪ ਦੇਖ ਕੇ ਕਰਾਉਂਦੇ ਨੇ ਉਹ ਹੁਣ ਨਿਭੀ ਜਾਂਦੇ ਨੇ, ਆਪ ਦੇਖ ਕੇ ਨਹੀਂ ਨਿਭਦੇ ਫਿਰ ਨਾ, ਮਾਂ ਪਿਓ ਵਾਲਾ ਨਹੀਂ ਟੁੱਟਦਾ, ਉਹ ਟੁੱਟ ਜਾਂਦਾ। ਮਾਂ ਪਿਓ ਦਾ ਸਹੀ ਪੁੱਛੋ, ਬੱਚੇ ਨੂੰ ਪੁੱਛ ਲੈਂਦਾ। ਪਹਿਲਾਂ ਵਿਆਹ ਕੀ ਦੇਖ ਕੇ ਹੁੰਦੇ ਸੀਗੇ? ਪਹਿਲਾਂ ਜ਼ਮੀਨਾਂ ਹੀ ਹੁੰਦੀਆਂ ਜੀ ਬਸ, ਸਾਡੀ ਤਾਂ ਜ਼ਮੀਨਾਂ ਜੱਟਾਂ ਦੀ ਜ਼ਮੀਨਾਂ ਪੁੱਛਦੇ ਵੀ ਕਈ ਕਾਏ ਕਿੱਲੇ ਇਹਦੇ ਕੋਲ ਫਲਾਨਾ ਆ, ਪੁੱਛ ਲੈਂਦੇ ਕਿਵੇਂ ਬਸ, ਆਹ ਪੁੱਛ ਲੈਂਦੇ ਪਿੰਡ 'ਚੋਂ, ਪੁੱਛ ਲਿਆ ਜਿਵੇਂ ਮੇਲੇ ਤੋਂ ਪੁੱਛ ਲਿਆ, ਲੰਬਰਦਾਰ ਤੋਂ, ਫੌਜੀ ਤੋਂ ਵੀ ਇਹਦੇ ਕੋਲ ਕਿੰਨਾ ਵਾਹਣ ਹੈ। ਹੁਣ ਤਾਂ ਤੁਸੀਂ ਆਏ ਕਰੋ, ਹੁਣ ਕੁਛ ਨਹੀਂ, ਹੁਣ ਤਾਂ ਨਸ਼ਾ ਮੁੰਡਾ ਨਸ਼ਾ ਪੁੱਛ ਲਓ, ਹੁਣ ਤਾਂ ਨਸ਼ਾ ਪੁੱਛ ਲਓ ਬਸ। ਜਿਵੇਂ ਕਿ ਆਪਾਂ ਨੂੰ ਹਾੜੀ ਵੱਢਦੇ ਹਾਂ, ਹਾੜੀ ਵੇਲੇ ਉਹਨਾਂ ਕੋਲ ਲੱਗਦਾ ਦਾਰੂ ਕੋ ਪਾ ਲਓ, ਅੱਗੇ ਘਿਓ ਹੁੰਦਾ, ਜਿਵੇਂ ਤੁਸੀਂ ਖਾਣ ਪੀਣੀ ਕਹਿੰਦੇ ਅੱਗੇ ਘਿਓ, ਅੱਗੇ ਸਾਡੇ ਨਾਲ ਵੀ ਸ਼੍ਰੀ ਪਾਲੀ ਰਲਦੇ ਰਹੇ ਸੀ ਹੋਰਾਂ ਨਾਲ ਵੀ, ਉਹ ਕਹਿੰਦੇ ਸਾਨੂੰ ਤਾਂ ਅੰਬੋ ਜੀ ਘਿਓ ਪਾ ਦਿਓ, 2 ਕਿਲੋ ਘਿਓ ਮੈਂ ਲਊਂ, ਸੂਟਾ ਪਾਈ ਕਹਿੰਦਾ 2 ਕਿਲੋ ਮੈਂ ਲਊਂ, ਵੱਡਾ ਕਹਿੰਦਾ ਮੈਂ ਲਊਂ, ਹੁਣ ਸਾਨੂੰ ਤਾਂ ਜੀ 5 ਕਿਲੋ ਗੁੜ ਲਿਆ ਦਿਓ, ਮੱਗਾ ਘੋਲਣਾ। ਐਂ ਚੀਜ਼ਾਂ ਨੇ ਕਿੱਲੇ ਦਾ ਰੇਟ, ਜਿਵੇਂ ਹੁਣ ਅੱਜ ਕੱਲ੍ਹ 1 ਲੱਖ ਰੁਪਇਆ ਕਿੱਲੇ ਦਾ ਰੇਟ ਚੱਲਦਾ ਹੈਗਾ, ਡੇਢ ਦੇ ਕੋਲੋਂ ਮੁੜਿਆ, 1.5 ਦੇ ਕੋਲੋਂ ਮੁੜਿਆ ਆ, ਵੀ ਜੇ ਮੁੰਡੇ ਕੋਲ 5 ਕਿੱਲੇ ਦਾ 5 ਲੱਖ ਹੋ ਗਿਆ ਸਿੱਧਾ, 5 ਲੱਖ ਇਹ ਤੁਹਾਡੇ ਵੇਲੇ ਹੈਗਾ ਸੀ? ਸਾਡੇ ਵੇਲੇ ਕੋਈ ਕੁਛ ਨਹੀਂ, ਸਾਡੇ ਵੇਲੇ ਉਦੋਂ 80 ਚਾਹੀਦੀ ਤੀਆਂ,
ਇਹ ਤਾਂ ਹੁਣੀ ਪਿੱਛੇ ਹੋਇਆ, ਹੁਣ ਥੋੜਾ ਟਾਈਮ ਹੀ ਹੋਇਆ ਬਸ, ਰੇਟ ਲੱਗਣ ਲੱਗ ਗਿਆ, ਰੇਟ ਲੱਗਣ ਲੱਗ ਗਿਆ ਇੱਕ ਹੁਣ ਹਟ ਗਿਆ, ਹੁਣ ਹਟ ਗਿਆ, ਹੁਣ ਕੁੜੀਆਂ ਬਾਹਰ ਵੱਗ ਗਈਆਂ, ਹੈ ਨੀ ਕੁੜੀਆਂ, ਮੁੰਡੇ ਹੈਗੇ ਨੇ, ਹੁਣ ਸਮਾਂ ਮੁੰਡੇ ਵਾਲੇ ਦੇਣ ਲੱਗ ਗਏ, ਮੁੰਡੇ ਵਾਲੇ ਦੇਣ ਲੱਗ ਕੁੜੀਆਂ, ਹਾਂ ਕੁੜੀਆਂ ਨੂੰ ਦੇਣ ਲੱਗ ਗਏ, ਆਹੀ ਗੱਲ ਹੋ ਰਿਹਾ, ਉਲਟ ਹੋ ਗਿਆ ਇਹ। ਇੱਕ ਇੱਕ ਇਹ ਗੱਲ ਆ ਗਈ, ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਹਾਂ ਕਿ ਹੁਣ ਵਾਲਿਆਂ ਦਾ ਕੀ ਦੇਖਿਆ ਹੈਗਾ, ਵੀ ਜਦੋਂ ਪਹਿਲਾਂ ਵਿਆਹ ਕੁੜੀ ਵਿਆਹੁਣ ਜਾਂਦੇ, ਕੁੜੀ ਦਾ ਰਿਸ਼ਤਾ ਕਰਨਾ ਜਿਹੜੇ ਘਰ ਦੇ ਵਿੱਚ ਬਜ਼ੁਰਗ ਜਾਂਦੇ ਸੀਗੇ, ਤਾਂ ਉਹ ਚੂਹੇ ਦੇਖਦੇ ਸੀਗੇ ਜਾਂ ਮੱਖੀਆਂ ਕਿਹੜੀ ਹੈ ਕਿ ਇਹੋ ਜਿਹਾ ਕੁਛ ਦੇਖਦੇ ਸੀ, ਉਹਦਾ ਕੀ ਕਾਰਨ ਸੀ? ਮੱਖੀਆਂ ਕਿਵੇਂ, ਮਤਲਬ ਚੂਹੇ ਜਿਹੜੇ ਘਰ ਦੇ ਵਿੱਚ ਚੂਹੇ ਨੇ ਉਸ ਘਰ ਦੇ ਵਿੱਚ? ਅੱਛਾ ਜੀ, ਵੀ ਜਿਹਦੇ ਦਾਣੇ ਨੇ ਆਹੀ ਚੀਜ਼ ਹੋਊ, ਵੀ ਜਿਹਦੇ ਘਰ ਦਾਣੇ ਕਿ ਉਹਦੇ ਕਾਬਲੇ ਵੀ ਸਿਆਣੇ, ਪਹਿਲਾਂ ਪਖਾਣਾ ਇਹ ਵੀ ਹੈ ਵੀ ਜਿਹਦੇ ਚੂਹੇ ਹੋਣਗੇ ਤਾਂ ਦਾਣੇ ਹੋਣਗੇ। ਅੱਜ ਜ਼ਮੀਨ 'ਚ ਸਰਕਾਰਾਂ ਤਾਂ ਕੁਝ ਕਰਦੀਆਂ ਨੇ, ਜ਼ਮੀਨ 'ਤੇ ਖਰਚੇ ਕਿੰਨੇ ਵੱਧ ਗਏ, ਖਰਚੀ ਵਾਲੇ ਵੱਧ ਗਏ, ਅੱਗੇ ਖਰਚਾ ਨਹੀਂ ਸੀ, ਕਰਜ਼ੇ ਹੁੰਦੇ ਸੀ, ਕਰਜ਼ਾ ਅੱਗੇ ਕਿਹੜਾ ਸੀ, ਕਰਜ਼ਾ ਕਿਹੜਾ ਸੀ, ਕਰਜ਼ੇ ਤਾਂ ਹੁਣ ਨੇ, ਅੱਗੇ ਤਾਂ ਕੁਛ ਨਹੀਂ ਸੀ ਕਰਜ਼ਾ, ਬੀਜਦਾਂ ਦੇ ਫਰੀ ਦੀ ਫਸਲ ਸੀ, ਹੁਣ ਤਾਂ ਮਾਨਸਾ ਹੀ ਨਹੀਂ ਪਤਾ, ਦੋ ਵਾਰੀ ਵਗ ਜੇ ਤੁਸੀਂ ਮੋਟਰਸਾਈਕਲਾਂ ਦੀ ਗੱਲ ਕਰਦੇ, ਚਾਰ ਵਾਰੀ ਵਗ ਜੀਏ ਮਾਨਸਾ, ਚੱਲ 10 ਕਿਲੋਮੀਟਰ ਸਾਡਾ, ਨਹੀਂ ਤਾਂ 6 ਮਹੀਨੇ ਤੋਂ ਜਾਂਦੇ, ਮੇਰਾ ਮਾਂ ਪਿਓ ਤਾਂ ਜਾਂਦਾ 6 ਮਹੀਨੇ ਤੋਂ ਜਾਂਦਾ, ਲੈ ਹਾੜੀ ਸੌਂਡੀ ਜਾਂਦਾ, ਹਿਸਾਬ ਕਿਤਾਬ ਕਰਨ ਜਾਂਦਾ, ਜਿਵੇਂ ਹੁਣ ਕੇਰਾਂ ਤੇਲ ਦਾ ਪੀਪਾ ਲਿਆਂਦਾ, ਮਿੱਟੀ ਦੇ ਤੇਲ ਦਾ ਪੀਪਾ ਲਿਆਂਦਾ, ਉਹੀ ਲਾਟਣਾ 'ਚ ਪਾਈ ਜਾਂਦੇ, 6 ਮਹੀਨੇ ਚੱਲੀ ਜਾਂਦਾ, ਜਦੋਂ ਫਿਰ ਫਸਲ ਆਉਂਦੀ ਫੇਰ ਲਿਆਉਂਦੇ, ਗੱਡਿਆਂ 'ਤੇ ਵੇਚਣ ਜਾਂਦੇ ਜਿਵੇਂ ਕਹਿੰਦੇ, ਗੱਡਿਆਂ 'ਤੇ ਜਾਂਦੇ, ਅਤੇ ਹੁਣ ਟਰਾਲੀਆਂ ਲੈ ਜਾਂਦੇ, ਕਿੰਨਾ ਖਰਚਾ ਹੋ ਜਾਂਦਾ। ਜੇ ਹੁਣ ਗੱਡੇ ਦੀ ਗੱਲ ਕਰੀਏ ਤਾਂ ਕਹਿਣਗੇ ਨਾੜਾ 2 ਦਿਨਾਂ 'ਚ ਪਹੁੰਚਾਂਗੇ, ਹੁਣ ਗੱਡਿਆਂ ਵੀ ਨਹੀਂ ਪਤਾ ਵਾਲਿਆਂ ਨੂੰ ਤਾਂ ਵੀ ਗੱਡੇ ਨੇ, ਗੱਡੇ ਸੀ ਵਾਲਿਆਂ ਨੂੰ ਪਤਾ ਹੀ ਨਹੀਂ, ਹੁਣ ਸਾਡੇ ਜਿਹੇ ਜਿਹੇ ਹਾਲਤੀ 2-3 ਹਲ ਸਾਡੇ ਪੁਰਾਣੇ ਟੰਗੇ ਪਏ ਨੇ, ਹਲ ਹੈ 45 ਆ, ਲੋਹੇ ਹਲ, ਤੋਤਾ ਹਲ ਕਹਿ ਦਿੰਦੇ, ਹੁਣ ਵੀ ਵੱਟਾਂ ਪਾਉਣਾ ਸੀ, ਟੰਗ ਰੱਖੇ ਪੁਰਾਣਾ ਘਰੇ, ਉਹ ਸਾਡੇ ਬੱਚੇ ਨੇ ਰੰਗ ਜਿਹਾ ਕਰਕੇ ਉਹ ਟੰਗ ਦਾ ਵੀ ਦੇਖਣਾ, ਜਿੰਨਾ ਕੁ ਸਾਡੇ ਸੰਦ ਹੈਗਾ ਸੀ ਜਾਣੀ ਉਹ ਅਸੀਂ ਟੰਗ ਲਿਆ। ਬਲਦਾਂ ਦਾ ਕੀ ਮਾਹੌਲ ਹੁੰਦਾ ਸੀ, ਜਿਵੇਂ ਹੁਣ ਬਲਦਾਂ, ਹੁਣ ਬਹੁਤੇ ਪਿੰਡਾਂ ਦੇ, ਪਰ ਹੁਣ ਤਾਂ ਖਤਮ ਹੋ ਗਏ, ਜੇ ਕਿਸੇ ਪਿੰਡ ਦੇ ਵਿੱਚ ਦੇਖਦੇ ਵੀ ਆ ਤਾਂ ਉਹ ਬੁੜੇ ਹੋ ਗਏ, ਕੰਮ ਲਾ ਲਾ ਕੇ ਛੱਡਤੇ, ਉਦੋਂ ਕੀ ਮਾਹੌਲ ਹੁੰਦਾ ਸੀ, ਕੀ ਰੇਟ ਹੁੰਦਾ ਸੀ, ਜੇ ਆਪਾਂ ਇੱਕ ਦੂਜੇ ਤੋਂ ਬਲਦ ਖਰੀਦਦੇ ਸੀ? ਬਲਦ ਤਾਂ ਉਹ 500-600 ਦਾ ਵੀ ਹੁੰਦਾ, 1200 ਦਾ, ਬਸ 1200 ਦਾ ਸਿਰੇ ਦਾ, ਅਸੀਂ 600 ਦਾ ਲਿਆਂਦਾ ਸੀਗਾ, ਮਤਲਬ ਮੇਰੀ ਸੂਰਤ ਦੀ ਜਿਵੇਂ ਤੁਹਾਨੂੰ 80 ਦੀ ਗੱਲ ਕਰਦਾ, ਉਹ 70 'ਚ ਲਿਆਂਦਾ, ਉਹ ਬਸ ਉਹ 600 ਦਾ ਸੀਗਾ, 600 ਦੇ 2 ਬਲਦ, 1 600 ਦਾ ਲਿਆਂਦਾ, ਇੱਕ ਪਤਾ 550 ਦਾ, ਅਸੀਂ ਵਾਹੀ ਕਰੀਏ ਉਸ ਸਾਲ, ਆਹ ਅਸੀਂ ਬਲਦ ਵਧੀਆ ਲੈਂਦੇ ਹੁੰਦੇ ਵਧੀਆ, ਜਾਂ ਫਿਰ ਗਾਈਂ ਪਾਲ ਲਾਂਦੇ ਨੇ ਤਾਂ ਗਾਈਂ ਦਾ ਦੁੱਧ ਪੀ ਜਾਂਦੇ, ਇਸ ਰੁੱਤ 'ਚ ਦੁੱਧ ਗਾਈਂ ਵੱਧ ਦਿੰਦੀ, ਨਾਲੇ ਬੱਛੀ ਵਾਲੀ ਗਾਈਂ ਲੈ ਲਾਂਦੇ, ਬੱਛਾ ਦੇ ਦਿੰਦੀ, ਉਹਨੂੰ ਹਾਲੀ ਕੱਢ ਲਾਂਦੇ, ਉਹ ਨਾ ਰਲ ਜਾਂਦਾ ਬੱਛਾ, ਟੱਲੀਆਂ ਟੁੱਲੀਆਂ ਗਲਾਂ ਦੇ ਵਿੱਚ ਵੱਲਦਾ, ਟੱਲੀਆਂ ਹੁੰਦੀਆਂ, ਟੱਲੀਆਂ ਪਾਉਂਦੇ ਸੌਂਕ ਦੀ, ਡੋਰਾਂ ਟੱਲੀਆਂ ਪਾਉਂਦੇ, ਭਜਾਉਂਦੇ ਗੱਡਿਆਂ 'ਚ ਰੋੜ, ਆ ਜਾ ਵੀ ਮੇ ਲਿਆ ਵੀ ਮੇਲਿਆ, ਆ ਜਾ ਡੱਕਰ ਫਿਰ ਮੇਰੇ ਨਾਲ ਡੱਕਰ ਦੇ ਵੀ ਵੱਲਦ, ਫਿਰ ਭਜਾਉਂਦੇ, ਉਹਨਾਂ ਦੀਆਂ ਕੀ ਖੁਰਾਕਾਂ, ਗੰਨੇ ਲੈਣ ਜਾਂਦੇ ਵੱਲਦਾਂ ਦੀਆਂ, ਵੱਲਦਾਂ ਨੂੰ ਘਿਓ ਦੁੱਧ ਪਿਉਂਦੇ, ਘਿਓ ਪਿਉਂਦੇ, ਦੇਸੀ ਮੈਸਾਂ ਆਉਂਦੀਆਂ ਘਰੇ, ਘਿਓ ਪਿਉਂਦੇ ਉਹਨਾਂ ਨੂੰ, ਦੁੱਧ ਦਾਣਾ ਦਾਣਾ ਪੂਰਾ, ਹੁਣ ਤਾਂ ਦਾਣਾ ਹੀ ਦਿਖਾਉਂਦੇ ਤਾਂ ਇੰਨੀ ਕੁ ਮੁੱਠੀ ਪਾ ਦਿੰਦਾ ਅਗਲਾ ਦਾਣੇ ਦੀ, ਜੀ ਮੈਸ ਨੂੰ ਦੁੱਧ ਵਾਲੀ ਨੂੰ ਇੰਨੀ ਕੁ ਪਾਊਗਾ, ਹੁਣ ਤਾਂ ਹੈ ਹੀ ਨਹੀਂ ਪਰ ਵੱਲਦ ਤਾਂ, ਹੁਣ ਤਾਂ ਮੈਂ ਹੈਗਾ ਵੀ ਨੇ, ਜਿਹਦੇ ਹੈਗਾ ਵਧੀਆ ਠੀਕ ਵੀ ਆ ਵੱਲਦ, ਬਹੁਤੇ ਘਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਉਹਨਾਂ ਨੇ ਕੰਮ ਲੈ ਲਿਆ ਜੇ ਵੱਲਦ ਤੋਂ, ਮੰਨ ਲਓ ਜੇ ਹੁਣ ਪਹਿਲਾਂ ਵੱਲਦ ਤੋਂ ਕੰਮ ਲੈਂਦੇ ਸੀ, ਹੁਣ ਟਰੈਕਟਰ ਟਰਾਲੀ ਆ ਗਏ, ਤਾਂ ਪਰ ਬਹੁਤੇ ਘਰਾਂ ਨੇ ਅੱਜ ਵੀ ਉਸ ਛੱਡੇ ਨਹੀਂ, ਉਹਨਾਂ ਦੀ ਸੇਵਾ ਕਰ ਰਹੇ, ਸੇਵਾ ਕਰ ਰਹੇ ਨੇ, ਕਰ ਰਹੇ ਨੇ ਸੇਵਾ, ਸ਼ੌਂਕਾਂ ਨੂੰ ਬੰਨਣ ਵੀ ਇੱਥੇ ਰਹਿਣਦੇ ਸਾਡੇ ਹੈਗੇ ਨੇ ਸੌਂਕ, ਨਾਲੇ ਨਾਲੇ ਸਗੋਂ ਹੋਰ ਗੱਲ ਆ, ਰੇਹੜੀ ਵੀ ਜੋੜਦੇ ਨੇ, ਇਕੱਲੀ ਇੱਕ ਬਲਦ ਵਾਲੀ ਰੇਹੜੀ ਜੋੜ ਲੈਂਦੇ ਨੇ, ਲੈ ਜਾਂਦੇ ਹੈਗੇ ਸਾਡੇ ਪਿੰਡ ਹੈਗੇ ਨੇ 5-7 ਜ਼ਿਆਦੇ ਭਵੇ ਹੋਣਾ, ਜੇ ਇੰਨੇ ਤਾਂ ਜ਼ਰੂਰੀ ਹੈਗੇ ਨੇ, ਵਧੀਆ ਉਹ ਕਰਦੇ ਨੇ। ਹੁਣ ਤਾਂ ਅਚਾਰ ਵਾਲੇ ਕੰਮ ਨੂੰ ਕਿਵੇਂ ਦੇਖਦੇ ਹੋ, ਅਚਾਰ ਪਾਉਣ ਲੱਗ ਗਏ ਜਿਹੜੇ, ਅਚਾਰ ਪਾਉਣ ਤਾਂ ਲੱਗ ਗਏ, ਅਚਾਰ ਬੇਫਿੱਟ ਆ, ਦੇਖੋ ਅਸੀਂ ਤਾਂ ਪਾਇਆ ਨਹੀਂ ਹਜੇ ਤੱਕ, ਵੀ 2-3 ਸਾਲ ਹੋ ਗਏ ਪਾਉਂਦੇ ਨੂੰ, ਅਸੀਂ ਤਾਂ ਪਾਇਆ ਨਹੀਂ, ਉਹ ਮੁਸ਼ਕ ਮਾਰਦੀ ਹੈ, ਉਵੇਂ ਜਿਕਰੀ ਕਹਿੰਦੇ ਦੁੱਧ 'ਚ ਆਉਂਦੀ ਹੈ ਮੁਸ਼ਕ, ਉਵੇਂ ਜਿਕਰੀ ਦੁੱਧ 'ਚ ਆਉਣ ਲੱਗ ਜਾਂਦੀ ਹੈ, ਕੋਈ ਜ਼ਿਆਦਾ ਫਿੱਟ ਨਹੀਂ ਹੈਗਾ ਅਚਾਰ, ਕਹਿੰਦੇ ਕਿੱਥੇ ਤਾਂ ਆਪਦਾ ਹਾਰਾ, ਕਿੱਥੇ ਤਾਂ ਹੁਣ ਤੁਹਾਨੂੰ 20 ਰੋਟੀ ਖਵਾਈਏ, ਕਿੱਥੇ ਤਾਜ਼ੀ, ਫਰਕ ਨਹੀਂ ਹੈਗਾ।
ਆਹੀ ਚੀਜ਼ ਹੋਊ ਬਸ ਫਿਰ ਤਾਂ ਗਰਭ ਜਾਂਦਾ ਤੱਤਾ ਉਹ ਪੱਟ ਹੀ ਸਕਦੇ ਤੁਸੀਂ ਤਾਂ ਆਪ ਜੀ ਮੀਦਾਰਾਂ ਦੇ ਮੁੰਡੇ ਤੁਸੀਂ ਕਿਹੜਾ ਉਹ ਪੱਟ ਕੇ ਦੇਖਿਓ ਜਾਂ ਤੁਸੀਂ ਵਿੱਚ ਦੇਖਿਓ ਪੱਟੀ ਜਾਂਦਾ ਉਹ ਇੰਨਾ ਲੱਤ ਹੁੰਦਾ ਪੱਟਣ ਵਾਸਤੇ ਵੀ ਤੰਗਲੀ ਜੀ ਬਣਾਉਣੀ ਪੈਂਦੀ ਆ ਤੰਗਲੀ ਜੀ ਮਸਾ ਏਡੀ ਚੁੰਝਾਂ ਹੁੰਦੀ ਨਾ ਮਸਾਂ ਪੱਟਿਆ ਜਾਂਦਾ ਤੰਗਲੀ ਕਿਹੜੀ ਤੰਗਲੀ ਤਾਂ ਫੇਲ ਏ ਉਹਦਾ ਚੁੰਝਾਂ ਜਿਹਾ ਬਣਾਉਣਾ ਪੈਂਦਾ ਢੀਂਗਾ ਜਿਹਾ ਹੈਗਾ ਉਹ ਮਤਲਬ ਬਣਿਆ ਮੈਂ ਦੇਖਿਆ ਹੈ ਸਿਖਿਆਈ ਭਾਲ ਲਈ ਇੱਕ ਲੋਕਾਂ ਨੇ ਬਸ ਇਕੱਲੀ ਉਹ ਸਿਖਿਆਈ ਵੀ ਹੈ ਨਹੀਂ ਸਿਖਿਆਈ ਵੀ ਨਹੀਂ ਉਹਦੇ 'ਚ ਹੈਗੀ ਜ਼ਿਕਰੀ ਹੈ ਅਗਲਾ ਫਿਰ ਸੁਕਾਉਣਾ ਪੈਂਦਾ ਜਦੋਂ ਹੁਣ ਝਾੜ ਹੋ ਗਿਆ ਝੜ 'ਚ ਕਿੱਥੇ ਸੁਕਾਵੇਂਗਾ ਤੂੰ ਕਿੰਨਾ ਕਿਸਾਨ ਹੁੰਦਾ ਬਾਪੂ ਇੱਧਰ ਬਾਪੂ ਪਿੱਛੇ ਨਾ ਹੱਸੀ ਜਾਂਦੇ ਬੈਠੇ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਇੱਕ ਦੋ ਆਹ ਦੇਖੋ ਬਾਪੂ ਤੁਹਾਡੇ ਟਾਈਮ ਦੇ ਵਿੱਚ ਪਹਿਲਾਂ ਤਾਂ ਐਂ ਦੱਸੋ ਕੁੜਤੇ ਚਾਦਰੇ ਹੁੰਦੇ ਸੀ ਹਾਂ ਕੁੜਤੇ ਚਾਦਰੇ ਹੁੰਦੇ ਹਾਂ ਕੁੜਤੇ ਚਾਦਰੇ ਹੁੰਦੇ ਸਾਡੇ ਟਾਈਮ 'ਚ ਚਾਦਰੇ ਬੰਨੇ ਹੁੰਦੇ ਅਤੇ ਫਰਲੇ ਵੀ ਛੱਡੇ ਹੁੰਦੇ ਟੋਰੇ ਟੋਰੇ ਕਹਿ ਦਿੰਦੇ ਕੁੜਤੇ ਚਾਦਰਾਂ ਦੇ ਫਾਇਦੇ ਕੁੜਤਾ ਚਾਦਰਾ ਮੂੰਹ ਹੀ ਪਾਇਆ ਹੁੰਦਾ ਨਾ ਬੰਨਿਆ ਸੋਹਣਾ ਲੱਗਦਾ ਸੀ ਹਾਂ ਵਧੀਆ ਲੱਗਦਾ ਸੀ ਉਦੋਂ ਉਹ ਉਦੋਂ ਤੈਨੂੰ ਮੈਂ ਦੱਸਾਂ ਦੱਸੋ ਦੱਸੋ ਉਹ ਉਦੋਂ ਨਾ ਜਿਹੜੇ ਜੱਟ ਜ਼ਿਮੀਦਾਰ ਤੇ ਮੁੰਡੇ ਦੇ ਉਹ ਤਾਂ ਸਮਝ ਲਾ ਆਹ ਕਰਦੇ ਹੁੰਦੇ ਛੇਲੀਆਂ ਪੱਟਦੇ ਹੁੰਦੇ ਅੱਛਾ ਖੱਤ ਕੱਢਦੇ ਹੁੰਦੇ ਤੇ ਹੁਣ ਤੀਵੀਆਂ ਕੱਢਦੀਆਂ ਨੇ ਉਲਟ ਹੋ ਗਿਆ ਕੰਮ ਉਲਟ ਹੋ ਗਿਆ ਹੋਰ ਕੀ ਕੁਛ ਸੀਗਾ ਜਿਹੜਾ ਉਲਟ ਹੋ ਗਿਆ ਘਰੇ ਆਊ ਆ ਜਾਣ ਤਾਂ ਘਰੇ ਮੈਨੂੰ ਕੋਈ ਉਹ ਕਰ ਬਾਪੂ ਦੂਜਾ ਕਹਿੰਦਾ ਵੀ ਐ ਬੋਲਦੇ ਆ ਘਰੇ ਆਊਗੀ ਵੀਡੀਓ ਕੋਈ ਗੱਲ ਨੀ ਆਈ ਜਾਣ ਤੇ ਯਾਰ ਘਰੇ ਅਜੂ ਕੀ ਹੋਏ ਸਾਡੀ ਬੜੀ ਮੇਵਾ ਸਿੰਘ ਜਾਂਦਾ ਜਦੋਂ ਕਿਤੇ ਕਮੈਂਟਰੀ ਕਰਦਾ ਉਦੋਂ ਫਰਲਾ ਹੁੰਦਾ ਇਹਦੇ ਛੱਡਿਆ ਏ ਕੁੜਤਾ ਚਾਦਰ ਮੇਵੇ ਦੇ ਕੁੜਤਾ ਚਾਦਰ ਦੇਖਿਓ ਬੋਲੀਆਂ ਪਾਉਂਦਾ ਕਿਹੜੇ ਰੂਪ ਹੁੰਦਾ ਹੈ ਸੋਹਣਾ ਲੱਗਦਾ ਫੋਟੋਆਂ ਖੇਡਦੇ ਲੋਕ ਮੋਬਾਈਲਾਂ 'ਚ ਦੇਖਿਆ ਤੁਸੀਂ ਬਾਹਰ ਜਾਂ ਕਿਤੇ ਦੇਖਿਆ ਕਮੈਂਟਰੀ ਕਰ ਹਾਂ ਫਿਰ ਖਿੱਚਦੇ ਨੇ ਫੋਟੋਆਂ ਉਹ ਪਹਿਰਾਵਾ ਜਿਹੜਾ ਹੈਗਾ ਜਿਵੇਂ ਚਾਦਰੇ ਕੁੜਤੇ ਵਾਲਾ ਜੇ ਹੁਣ ਚਾਦਰੇ ਕੁੜਤੇ ਆਏ ਇਹਨੂੰ ਜੰਨ 'ਚ ਜ਼ਰੂਰ ਜਾਂਦੇ ਨੇ ਜੇ ਕਿਤੇ ਜੰਨ ਹੋਵੇ ਨਾ ਉਹ ਕਹਿਣਗੇ ਤੈਨੂੰ ਜ਼ਰੂਰ ਸਿੱਧੂ ਮੂਸੇਵਾਲੇ ਦਾ ਉਰੇ ਮਾਸੀ ਹੈ ਉਹਦਾ ਮਾਸੜ ਚਾਦਰਾ ਬਣਦਾ ਹੁਣ ਵੀ ਚਾਦਰਾ ਬਣਦਾ ਹਾਂ ਉਹਨੂੰ ਕਹਿੰਦਾ ਵੀ ਤੈਨੂੰ ਵਿਆਹ ਦੇ ਵਿੱਚ ਸਪੈਸ਼ਲ ਮੈਂ ਸਿਵਿਆ ਕੇ ਸਭ ਕੁਛ ਲੈ ਕੇ ਜਾਊਂਗਾ ਚਲੋ ਉਹਦੀ ਮੌਤ ਹੋ ਗਈ ਠੀਕ ਹੈ ਉਹਨੂੰ ਕਹਿੰਦਾ ਤੈਨੂੰ ਵਿਆਹ ਦੇ ਵਿੱਚ ਮੈਂ ਲੈ ਕੇ ਜਾਣਾ ਚਾਦਰਿਆ ਤੈਨੂੰ ਮੂਹਰੇ ਰੱਖਣਾ ਉਹ ਚਾਦਰਾ ਹੁਣ ਵੀ ਬਣਦਾ ਮੂਸੇਵਾਲਾ ਕਹਿੰਦਾ ਹਾਂ ਮੂਸੇਵਾਲਾ ਕਹਿੰਦਾ ਪਹਿਲਾਂ ਉਹ ਤੇਰੇ ਬੰਦੇ ਨੂੰ ਪੁੱਛ ਲਾ ਵੀ ਕਾਇਜ ਵਾਕ ਤੇ ਤੁਹਾਡੇ ਬੁੜੇ ਦੇ ਹਾਂ ਉਹਨੂੰ ਪੁੱਛ ਇਹਨੇ ਰਿਸ਼ਤਾ ਕਰਾਇਆ ਉਹਦੇ ਮਾਮੇ ਦੀ ਗੁੱਡੀ ਦਾ ਮੇਰੇ ਭਾਈ ਨੂੰ ਅੱਛਾ ਇਹਨੇ ਕੀ ਕਰਿਆ ਉਹ ਇੱਥੋਂ ਉਹ ਬਾਹਰ ਵੱਗ ਗਏ ਮਤਲਬ ਵੀ ਦੂਜੇ ਪਲਾਟ ਉਹਨਾਂ ਨੇ ਹੋਰ ਲੈ ਲਿਆ ਅੱਡੇ ਤੇ ਇੱਥੇ ਦੀ ਪਹਿਲਾਂ ਇਹਨਾਂ ਦੇ ਘਰ ਕੋਲ ਘਰ ਬਦਲ ਲਿਆ ਉਹ ਇਹ ਕਹਿੰਦਾ ਵੀ ਮੈਨੂੰ ਪਾਥੀਆਂ ਪੱਥਰ ਨੂੰ ਤੁਸੀਂ ਆਹ ਪਲਾਟ ਥੋੜ੍ਹਾ ਜਿਹਾ ਦੇ ਦਿਓ 5-6 ਵਿਸਵੇ ਸੀਗੇ 3 ਪਤਾ ਨਹੀਂ 5 ਵਿਸਵੇ ਤੀਏ ਉਹ ਕਹਿੰਦੇ ਚੱਲ ਲੈ ਲਿਖਤ ਕਰ ਲਈ ਹਲੇ ਅਤੇ ਇਹਨੇ ਲਿਖਤ ਤਾਂ ਬਹੀ 'ਤੇ ਲਿਖ ਲਿਆ ਬਹੀ 'ਤੇ ਜਦੋਂ ਲਿਖ ਲਿਆ ਉਹ ਜਿਹੜੀ ਮੇਰੀ ਭਰਜਾਈ ਹੈ ਹੁਸ਼ਿਆਰ ਬਹੁਤ ਹੈਗੀ ਉਹ ਇਹਨੂੰ ਕਹਿੰਦੀ ਵੀ ਮੈਂ ਨਿਊ ਦਾ ਦੇਖਣਾ ਵੀ ਬਹੀ ਤਾਂ ਤੁਹਾਡੀ ਹੈ ਵੀ ਮੈਂ ਨਿਊ ਦਾ ਦੇਖਣਾ ਬਾਈ ਮੈਨੂੰ ਬਹੀ ਦੇ ਤੁਹਾਡੀ ਇਹ ਕਹਿੰਦਾ ਲੈ ਜਾ ਭਾਈ ਉਹ ਬਹੀ ਲਿਜਾ ਕੇ ਘਰੇ ਮੇਰਾ ਭਾਈ ਵੀ ਸ਼ਹਿਰ ਹੈ ਉਹਨਾਂ ਨੇ ਜਾ ਕੇ ਨਾ ਵਿੱਚੋਂ ਬਹੀ ਖੋਲ੍ਹ ਕੇ ਸਮਾਰ ਕੇ ਵਰਕਾ ਕੱਢ ਲਿਆ ਜਦੋਂ ਵਰਕਾ ਕੱਢ ਲਿਆ ਅਤੇ ਉਦੋਂ ਕੁਛ ਟਾਈਮ ਬਾਅਦ ਪੈ ਗਿਆ ਸਮਝ ਲਾ 15-20 ਸਾਲ ਹੋ ਗਏ ਲਿੱਤੇ ਨੂੰ ਉਦੋਂ 2-3 ਸਾਲ ਬਾਅਦ ਉਹ ਕੰਮ ਹੋ ਗਿਆ ਉਦੋਂ ਸਾਲ ਕੁ ਬਾਅਦ ਕਿ ਜੈਬ ਇਹਦੇ ਨਾਲ ਜੈਬ ਨੰਬਰ ਦਾ ਕਿ ਤੂੰ ਥਾਂ ਲੈ ਸਾਡਾ ਇਹ ਕਹਿੰਦਾ ਲਿਖਤਾ ਤਾਂ ਹੈਗਾ ਕਿ ਕਿੱਥੇ ਲਿਖਤਾ ਲਿਖਤ ਦਿਖਿਆ ਲਿਖਿਆ ਹੋਇਆ ਕਹਿੰਦਾ ਮੇਰੇ ਕੋਲ ਉਹ ਕਹਿੰਦੀ ਲਿਖਤ ਦਿਖਾ ਦੇ ਠੀਕ ਹੈ ਇਹਨੇ ਚੱਕੀ ਬਹੀ ਦੇ ਵਿੱਚੋਂ ਵਰਕਾ ਹੈ ਨਾ ਇਹਦੇ ਵਿੱਚ ਇਹਦੇ ਯਾਦ ਆ ਗਿਆ ਕੁਦਰਤੀ ਉਹੀ ਯਾਦ ਆ ਗਿਆ ਵੀ ਤੂੰ ਬਹੀ ਲੈ ਕੇ ਗਈ ਸੀ ਕਹਿੰਦਾ ਉਹਦੇ ਤੂੰ ਵਿੱਚੋਂ ਕੱਢ ਲਿਆ ਫਿਰ ਹਾਂ ਉਹ ਵਿੱਚੋਂ ਕੱਢ ਲਿਆ ਵੀ ਹਾਂ ਫਿਰ ਉਹ ਡਰ ਗਈ ਉਹਨੇ ਆਖਿਆ ਵੀ ਇਹਦੇ ਯਾਦ ਆ ਗਿਆ ਚੱਲ ਕਹਿੰਦੀ ਤੈਨੂੰ ਊਂ ਦਿੱਤਾ ਉਹ ਹੁਣ ਆ ਜਾਂਦੇ ਮੈਂ ਕਈ ਵਾਰੀ ਕਹਿ ਦੇਣਾ
ਵੀ ਲਿਖਤ ਹੁਣ ਲਿਖਾ ਲਿਆ ਭਾਈ, ਹੁਣ ਤਾਂ ਉਹ ਜਿਉਂਦਾ, ਫਿਰ ਜਵਾਕ ਕਹਿਣਗੇ ਸਾਡਾ ਮੇਰਾ ਭਤੀਜਾ ਖੂ ਮੇਰਾ ਥਾਂ ਫੇਰ ਰੌਲਾ ਪਊ, ਹੁਣ ਲਿਖਾਉਂਦਾ ਨਹੀਂ ਗਾ, ਦੇਖੋ ਕੀ ਮੈਂ ਬਣੂਗਾ ਹੁਣ ਪਤਾ ਦੱਸੋ। ਅੱਗੇ ਨੰਬਰ ਸਾਹਿਬ ਕੀ ਹੋ ਸਕਦੀ ਹੈ ਗੱਲ, ਅੱਗੇ ਕੀ ਗੱਲ ਹੋ ਸਕਦੀ ਹੈ ਫਿਰ, ਤੁਸੀਂ ਤਾਂ ਕਹਿੰਦੇ ਥਾਂ ਲਿਖਾਇਆ ਉਹ, ਹੁਣ ਤਾਂ ਯਾਰ ਫਿਰਨੀ ਦੇ ਅੰਦਰ ਆ ਗਿਆ, ਜਿਹਦੇ ਕਬਜ਼ੇ ਆ ਉਸੇ ਦਾ ਥਾਂ ਹੈ, ਹੁਣ ਕਿਹੜਾ ਪੁੱਛਦਾ ਕਿਉਂ ਉਹ ਕਿਹੜਾ ਵਾਦੀ 'ਚ ਹੈ, ਉਹ ਫਿਰਨੀ ਦੇ ਅੰਦਰ ਆ ਗਿਆ ਨਾ, ਲਾਲ ਲਕੀਰ 'ਚ, ਲਾਲ ਲਕੀਰ ਤੋਂ ਅੰਦਰ ਹੈ। ਅੱਛਾ, ਉਹ ਹੁਣ ਕੌਣ ਪੁੱਛਦਾ, ਜਿਹੜਾ ਦੱਬ ਲਿਆ ਜਿਹਨੇ ਦੱਬ ਲਿਆ, ਛੋਟੇ ਕਬਜ਼ੇ 'ਚ ਆ ਗਏ ਉਹਨਾਂ ਦੇ ਕਬਜ਼ੇ, ਸਾਡੇ ਕਬਜ਼ੇ 'ਚ ਹੈ। ਅੱਛਾ, ਜੇ ਕੱਲ੍ਹ ਨੂੰ ਅਗਲੇ ਨੇ ਕਬਜ਼ਾ ਕਰ ਲਿਆ, ਅਗਲਾ ਕਿਵੇਂ ਆਊਗਾ ਕਬਜ਼ਾ ਕਰਨਾ, ਲੈ ਜੋ ਜਿਵੇਂ ਤੁਸੀਂ ਕਹੀ ਜਾਂਦੇ ਹੋ, ਕਹਿੰਦੇ ਜਿਹਦਾ ਕਬਜ਼ਾ ਉਸੇ ਦਾ, ਅਸੀਂ ਖੜ ਨਹੀਂ ਦਿੰਦੇ ਉੱਥੇ, ਹਾਂ ਅਸੀਂ ਨਹੀਂ ਖੜਨ ਦਿੰਦੇ, ਮੈਂ ਤੈਨੂੰ ਦੱਸਾਂ ਕਿਸੇ ਨੂੰ ਉੱਥੇ। ਬਾਪੂ ਲਿਖਤਾਂ ਦੀ ਗੱਲ ਕਰਦੇ ਹਾਂ ਕਿ ਮੰਨ ਲਓ ਬਾਪੂ ਨੇ ਦੱਸਿਆ ਪਹਿਲਾਂ ਵੀ ਬਈਆਂ ਹੁੰਦੀਆਂ ਸੀਗੀਆਂ, ਨਿਉਂ ਦੇ ਲਿਖਦੇ ਹੁੰਦੇ, ਹਾਂ ਅੱਗੇ ਲਿਖ ਲੈਂਦੇ ਬਈਆਂ 'ਤੇ ਲਿਖਦੇ, ਅੱਗੇ ਕਿਹੜੇ ਉਹਦੇ ਉਸ ਟਾਈਮ ਨਹੀਂ ਤੇ ਕੋਈ ਪਰਨੋਟ ਨਹੀਂ ਸੀਗਾ, ਬਈਆਂ 'ਤੇ ਲਿਖ ਲੈਂਦੇ, ਜਿਹੜੇ ਜ਼ਮੀਨਾਂ ਦੇ ਸੌਦੇ ਹੁੰਦੇ ਸੀਗੇ ਜਾਂ ਬੈ ਲੈ ਲੈਂਦੇ ਸੀ ਜਾਂ ਕਰ ਦਿੰਦੇ ਸੀ, ਜ਼ਮੀਨਾਂ ਦੇ ਤਾਂ ਬੈਬੂ ਦਾ ਕੰਮ ਉਵੇਂ ਕੋਈ ਚੱਲਦਾ ਸੀ, ਬੈ ਤਾਂ ਉੱਥੇ ਹੀ ਹੁੰਦੀ ਤਹਿਸੀਲ 'ਚ। ਅੱਛਾ, ਜ਼ਮੀਨਾਂ ਦਾ ਤਾਂ ਬੈ ਪਹਿਲਾਂ ਹੀ ਚੱਲਦਾ ਸੀ। ਆਪਾਂ ਯਾਰੀਆਂ ਦੋਸਤੀਆਂ ਕਿਹੋ ਜਿਹੀਆਂ ਹੁੰਦੀਆਂ ਸੀਗੀਆਂ, ਅੱਜ ਕੱਲ੍ਹ ਤਾਂ ਨਾਲ ਖਾ ਕੇ, ਯਾਰ ਹੁਣ ਤਾਂ ਨਾਲ ਖਾ ਕੇ ਮਾਰ ਦਿੰਦੇ ਨੇ, ਪਹਿਲਾਂ ਤਾਂ ਬੰਦੇ ਆਪਦੇ ਉਹ ਹੁੰਦੇ ਨਾ, ਬਾਹਲੇ ਚੰਗੇ ਬੰਦੇ ਹੁੰਦੇ, ਤਵਾਰੀ ਵੀ ਹੁੰਦੀ, ਤਸੱਲੀ ਹੁੰਦੀ, ਐਂ ਥੋੜ੍ਹਾ ਜਿਹੀ ਵੀ ਨਾਲ ਖਾ ਕੇ ਦੇਦਾ ਅਗਲੇ ਨੂੰ ਜਾਂ ਉਹ ਕਰਤਾ, ਪਹਿਲਾਂ ਚੰਗਾ ਹੀ, ਹੁਣ ਵਾਲੇ ਟਾਈਮ ਨਾਲ ਚੰਗਾ ਟਾਈਮ ਸੀ। ਹਾਂ, ਖੁਰਾਕਾਂ ਚੰਗੀਆਂ ਸੀਆਂ, ਹਾਂ ਅਤੇ ਸਾਰੇ ਕੰਮ ਚੰਗੇ ਹੀ ਤੇ ਹੁਣ ਵਾਲੇ ਟਾਈਮ ਨਾਲ, ਬਸ ਹੁਣ ਤਾਂ ਕਿਹੜੀਆਂ ਖੁਰਾਕਾਂ ਨੇ, ਦਾਰੂ ਦੀ ਘੁੱਟ ਹਰੇਕ ਪੀ ਲੈਂਦਾ, ਇਹ ਗੌਰਮੈਂਟ ਨੇ ਇਹੋ ਜਿਹਾ ਕੰਮ ਕਰ ਰੱਖਿਆ, ਦਾਰੂ ਖੁੱਲ੍ਹੀ ਕਰ ਰੱਖੀ ਹੈ ਅਤੇ ਨਸ਼ੇ ਵਿਕੀ ਜਾਂਦੇ ਨੇ। ਤੁਹਾਡੇ ਬਚਪਨ ਤੋਂ ਲੈ ਕੇ ਅੱਜ ਤੱਕ ਕੋਈ ਇਹੋ ਜਿਹੀ ਚੀਜ਼ ਹੈਗੀ ਜਿਹੜੀ ਉਦੋਂ ਵੀ ਸੀਗੀ ਅਤੇ ਜਿਹੜੀ ਅੱਜ ਵੀ ਆ? ਨਾ, ਉਦੋਂ ਤਾਂ ਫਿਰ ਦਾਰੂ ਤਾਂ ਉਦੋਂ ਵੀ ਹੁੰਦੀ ਹੈ, ਅੱਜ ਵੀ ਹੈ ਦਾਰੂ, ਹੁਣ ਘਰ ਦੀ ਦਾਲ ਸਹੀ ਰਹੇਗੀ ਅਤੇ ਇਹ ਗੱਲ ਕਰ ਵੀ ਕਿਉਂ ਕੰਦੂ ਨਹੀਂ ਹੁਣ ਦਾਲ ਰਿਹਾ, ਹਾਂ ਜਦੋਂ ਹੈ ਹੀ ਨਹੀਂ ਕਿਸੇ, ਦੁੱਧ ਵੇਚ ਦਿੰਦੇ ਨੇ ਸਾਰਾ, ਜਦੋਂ ਦੁੱਧ ਰਿੜਕਦੇ ਨਹੀਂ ਅੱਗੇ ਹਰੇਕ ਘਰ ਤੋਂ ਲੱਗ ਕਿਉਂ ਭਰਿਆ ਪਿਆ ਹੁੰਦਾ, ਕਿਉਂ ਦਾ ਰੱਜੀਆਂ ਨੀਤਾਂ ਵਾਲੇ ਲੋਕ ਸੀ ਅਤੇ ਰੱਜੀਆਂ ਰੱਜੀਆਂ ਨੀਤਾਂ ਵਾਲੇ ਤੇ ਭਾਈ ਅੱਗੇ ਤਾਂ ਕਿਉਂ ਉੱਧਰ ਉੱਧਰ ਹੀ ਧਾਰ ਸਧਾਰ ਚੱਲਦਾ ਸੀ ਵੀ ਲੈ ਜਾਇਆ ਧਾਰਾ ਦੇ ਦੇ, ਇੱਕ ਵੀ ਪਿਆ ਹੁੰਦਾ ਘਿਓ ਯਾਰ, ਧਾਰ ਸਧਾਰ ਕਾਹਦੀ ਹੁੰਦੀ, ਜੇ ਲੈਣਾ ਹੁੰਦਾ 2 ਰੁਪਈਆਂ ਦਾ 4 ਰੁਪਈਆਂ ਦਾ ਕਿਲੋ ਹੁੰਦਾ ਘਿਓ। ਤੁਸੀਂ ਸੁਣਿਆ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਆਪਣੀਆਂ ਬਚਪਨ ਦੇ ਵਿੱਚ ਹਾਸੀਆਂ ਖੇਡੀਆਂ ਖੇਡਾਂ ਬਾਰੇ ਉਹਨਾਂ ਖੁਰਾਕਾਂ ਬਾਰੇ ਦੱਸਿਆ, ਕਿਉਂਕਿ ਇਹ ਚੀਜ਼ਾਂ ਅਲੋਪ ਹੁੰਦੀਆਂ ਜਾਂਦੀਆਂ ਨੇਗੀਆਂ, ਜਿਵੇਂ ਕਹਿੰਦੇ ਕਿ ਜਿਹੜੇ ਪੰਛੀ ਸੀਗੇ ਮੋਰ ਸੀ ਪੰਜਾਬ ਦੇ ਵਿੱਚੋਂ ਕਿਤੇ ਨਾ ਕਿਤੇ ਅਲੋਪ ਹੋ ਗਏ, ਪਰ ਆਉਣ ਵਾਲੇ ਟਾਈਮ ਦੇ ਵਿੱਚ ਜੇ ਆਹੀ ਨਸ਼ਿਆਂ ਦਾ ਦੌਰ ਰਿਹਾ, ਆਹੀ ਕੈਮੀਕਲ ਵਾਲੀਆਂ ਚੀਜ਼ਾਂ ਖਾਦਾਂ ਖੁਰਾਕਾਂ ਰਹੀਆਂ, ਤਾਂ ਇਹ ਬਜ਼ੁਰਗ ਵੀ ਬਹੁਤਾ ਸਮਾਂ ਜੇ ਕਹਿ ਲਈਏ ਕਿ ਅਸੀਂ ਬਹੁਤਾ ਸਮਾਂ ਲੰਮਾ ਸਮਾਂ ਨਹੀਂ ਦੇਖ ਸਕਾਂਗੇ, ਕਿਉਂਕਿ ਬਜ਼ੁਰਗਾਂ ਨੇ ਆਪਣੀ ਉਮਰ ਦੇ ਹਿਸਾਬ ਨਾਲ ਤਾਂ ਜਾਣਾ ਹੀ ਆ, ਜਾਣਾ ਸਭ ਨੇ ਆ, ਪਰ ਉਮਰਾਂ ਨੇ ਜਿਹੜੀਆਂ ਅੱਜ ਦੇ ਜਿਹੜੇ ਨੌਜਵਾਨ ਪੀੜ੍ਹੀ ਹੈਗੀ ਇਹ ਉਮਰਾਂ 50-60 ਸਾਲ ਤੱਕ ਰਹਿ ਗਈਆਂ, ਬਜ਼ੁਰਗ ਹੁੰਦੇ ਨਹੀਂ, ਕਿਉਂਕਿ ਜਵਾਨੀ ਦੇ ਵਿੱਚ ਹੀ ਸਿਵੇ ਵੱਲ ਦੇ ਵੇਖੇ ਨੇਗੇ, ਜਵਾਨੀਆਂ ਦੇ ਵਿੱਚ ਹੀ ਜਿਹੜੇ ਨੌਜਵਾਨ ਨੇਗੇ ਟੀਕਿਆਂ ਦੇ ਨਾਲ ਮਰਦੇ ਵੇਖੇ ਨੇਗੇ, ਬਜ਼ੁਰਗ ਹੋਣਾ ਵੀ ਇੱਕ ਕਹਿ ਲਈਏ ਕਿ ਦੌਰ ਹੋ ਜੂਗਾ।
ਅਜਿਹੀਆਂ ਹੋਰ ਗੱਲਾਂ ਬਾਤਾਂ ਸੁਣਨ ਦੇ ਲਈ ਜੁੜੇ ਰਹੋ ਸਿਰਲੇਖ ਸਾਥ ਦੇ ਨਾਲ।